ਮਹਾਰਾਜੇ ਰਣਜੀਤ ਦੀ ਮੌਤ ਪਿੱਛੋਂ ਗਦਾਰ ਜੁੰਡਲੀ ਇੱਕ ਤਿਆਰ ਹੋਈ। ਧਿਆਨ ਸਿੰਘ ਗੁਲਾਬ ਸਿੰਘ ਡੋਗਰੇ ਤੋਂ ਬੁਰੀ ਤਰ੍ਹਾਂ ਸੀ ਕੌਮ ਖਵਾਰ ਹੋਈ। ਤੇਜਾ ਸਿੰਘ ਤੇ ਲਾਲੂ ਗਦਾਰ ਹੱਥੋਂ ਮੁਦਕੀ ਫੇਰੂ ਸਭਰਾਵਾਂ ਦੀ ਹਾਰ ਹੋਈ। ਮੋਇਆ ਰੁਲ ਕੇ ਕਵਰ ਦਲੀਪ ਸਿੰਘ ਜੋ ਰਾਣੀ ਜਿੰਦਾਂ ਵੀ ਬਹੁਤ ਖਵਾਰ ਹੋਈ। ਰਾਣੀ ਜਿੰਦਾਂ ਵੀ ਬਹੁਤ ਖਵਾਰ ਹੋਈ। ਵਰਨ ਲਈ ਆਜ਼ਾਦੀ ਦੀ ਹੀਰ ਤਾਈ ਰਾਂਝੇ ਦੇਸ਼ ਦੇ ਫੇਰਾ ਮੈਦਾਨ ਆਏ। ਨਾਮ ਧਾਰੀਏ ਤੇ ਗਦਰੀ ਸੂਰਮੇ ਜੋ ਆਜ਼ਾਦੀ ਜੰਗ ਦੇ ਬਲੀ ਬਲਵਾਨ ਆਏ। ਉਧਰ ਯਾਰ ਅੰਗਰੇਜ਼ ਦੇ ਦੇਸ਼ ਦੁਖੀ ਤੇ ਦੇਸ਼ ਭਗਤਾਂ ਦਾ ਕਰਨ ਨਕਸਾਨ ਆਏ। ਬੱਬਰ ਸ਼ੇਰ ਜਰਨੈਲ ਗੜਗੱਜ ਮੁੜ ਕੇ ਝੋਲੀ ਚੁੱਕਾਂ ਦੀ ਅਲਖ ਮਕਾਨ ਆਏ। ਝੋਲੀ ਚੁੱਕਾਂ ਦੀ ਅਲਖ ਮਕਾਨ ਆਏ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀ, ਟੀ ਸੀਰੀਜ਼ ਕੰਪਨੀ ਵੱਲੋਂ ਕਵੀ ਸ਼੍ਰੀ ਜਥਾ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ, ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਪੇਸ਼ ਕਰ ਰਿਹਾ ਹੈ ਬੱਬਰ ਸ਼ੇਰ ਪੰਜਾਬ ਦੇ। ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ, ਜੋ ਮੇਰੇ ਦਾਤਾ ਜੀ ਦੀ ਸਿੱਖੀ ਦਾ ਅਸੂਲ ਹੈ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਨਾਮਧਾਰੀ ਸੂਰਮੇ ਮੈਦਾਨ ਵਿੱਚ ਆਏ, ਜਿਨ੍ਹਾਂ ਨੂੰ ਤੋਪਾਂ ਅੱਗੇ ਉਡਾ ਦਿੱਤਾ ਗਿਆ, ਫਾਂਸੀਆਂ ਉੱਤੇ ਚੜ੍ਹਾ ਦਿੱਤਾ ਗਿਆ। ਇਸ ਤੋਂ ਪਿੱਛੋਂ ਗਦਰੀ ਸੂਰਮੇ ਮੈਦਾਨ ਵਿੱਚ ਆਏ, ਜਿਨ੍ਹਾਂ ਨੇ ਆਜ਼ਾਦੀ ਲੈਣੀ ਸੀ, ਸਾਡੇ ਘਰ ਦੇ ਭੇਤੀਆਂ ਨੇ ਦੱਸ ਦੱਸ ਕੇ ਉਹਨਾਂ ਨੂੰ ਫੜਾ ਦਿੱਤਾ। ਕਰਤਾਰ ਸਿੰਘ ਸਰਾਭਾ ਵਰਗੇ ਫਾਂਸੀਆਂ ਦੇ ਫੰਦੇ ਉੱਤੇ ਲੰਬ ਗਏ ਨੇ। ਜਦੋਂ ਐਸੀ ਹਾਲਾਤ ਦੇਸ਼ ਦੀ ਬਣ ਗਈ ਕਿ ਝੋਲੀ ਚੁੱਕ ਸਰਕਾਰ ਦੇ ਖਰੀਦੇ ਹੋਏ ਬੰਦੇ ਮਰੱਬਿਆਂ ਦੇ ਲਾਲਚ ਵਿੱਚ ਆ ਕੇ ਜਦੋਂ ਆਪਣਿਆਂ ਨੂੰ ਲੱਗੇ ਪਕੜਾਉਣ, ਲੱਗੇ ਮਰਵਾਉਣ, ਉਸ ਮੌਕੇ 'ਤੇ ਦੁਆਬੇ ਦਾ ਸੂਰਬੀਰ ਬਹਾਦਰ ਬਾਬਾ ਕਿਸ਼ਨ ਸਿੰਘ ਜੀ ਗੜਗੱਜ ਪਿੰਡ ਵਿਣਗ ਜ਼ਿਲ੍ਹੇ ਜਲੰਧਰ ਵਾਲਾ ਲੈ ਕੇ ਆਪਣੇ ਸਾਥੀਆਂ ਨੂੰ ਨਾਲ, ਇਹਨੇ ਆਪਣੇ ਜਥੇਬੰਦੀ ਦਾ ਨਾਂ ਰੱਖਿਆ ਬੱਬਰ ਅਕਾਲੀ। ਇਹਨੇ ਆਖਿਆ ਖਾਲਸਾ ਜੀ, ਉਹਨਾਂ ਚਿਰ ਭਾਰਤ ਆਜ਼ਾਦ ਨਹੀਂ ਹੋ ਸਕੇਗਾ ਜਿੰਨਾ ਚਿਰ ਘਰ ਦੇ ਭੇਤੀਆਂ ਨੂੰ ਖਤਮ ਨਹੀਂ ਕਰ ਲਈਦਾ। ਸੰਨ 1922 ਨੂੰ ਫਲੌਰ ਦਾ ਪੁਲ ਪਾਰ ਕਰਕੇ ਲਾਡੋਵਾਲ ਸਤਲੁਜ ਦਰਿਆ ਦੇ ਖੱਬੇ ਕਿਨਾਰੇ ਉੱਤੇ ਸੰਘਣੇ ਝੱਲਾਂ ਵਿੱਚ ਸੂਰਮਿਆਂ ਦੀ ਮੀਟਿੰਗ ਬੁਲਾ ਕੇ ਬਾਬਾ ਕਿਸ਼ਨ ਸਿੰਘ ਗੜਗੱਜ ਗਦਾਰਾਂ ਨੂੰ ਸੋਧਣ ਵਾਸਤੇ ਜਿਸ ਕਦਰ ਬੱਬਰਾਂ ਨੂੰ ਲਲਕਾਰ ਰਹੇ ਨੇ, ਉਸ ਵੇਲੇ ਦਾ ਵੇਰਵਾ ਕਵੀ ਸ਼੍ਰੀ ਜਥਾ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ, ਸਾਥੀ ਭਗਵੰਤ ਸਿੰਘ ਅਤੇ ਮੇਜਰ ਸਿੰਘ ਜੀ ਉਹ ਬਿਆਨ ਕਰ ਰਹੇ ਨੇ। ਕਿਸ਼ਨ ਸਿੰਘ ਜੀ ਵਿਣਗਾਂ ਵਾਲੇ ਆਖਿਆ ਇੰਜ ਸਨਾ ਕੇ ਤੇ ਗੋਰੇ ਪਾਪੀ ਵਾਦੇ ਕਰਦੇ ਸਾਡਾ ਖੌਫ ਭਲਾ ਕੇ ਤੇ। ਹੁਣ ਫੁੱਲਾਂ ਤੇ ਬੈਣ ਨਹੀਂ ਦੇਣਾ ਇਹ ਪੁੰਡਾਂ ਦੀਆਂ ਡਾਰਾਂ ਨੂੰ ਕਲਗੀ ਥਰ ਦੇਸ਼ ਜੀ ਕੀ ਸਿੰਘੋ ਸੋਧੋ ਦੇਸ਼ ਗਦਾਰਾਂ ਨੂੰ। ਉਹ ਕਿਸ਼ਨ ਸਿੰਘ ਜੀ ਵਿਣਗਾਂ ਵਾਲੇ ਆਖਿਆ ਇੰਜ ਸਨਾ ਕੇ ਤੇ ਗੋਰੇ ਪਾਪੀ ਵਾਦੇ ਕਰਦੇ
ਸਾਡਾ ਖੌਫ ਭਲਾ ਕੇ ਤੇ ਫੁੱਲਾਂ ਤੇ ਬੈਣ ਨੀ ਦੇਣਾ ਇਹ ਪੁੰਡਾਂ ਦੀਆਂ ਡਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਜੋ ਯਾਦੀ ਲਈ ਮੌਤ ਵਿਆ ਗਏ ਉਹ ਵੀ ਸਾਡੇ ਭਾਈ ਸੀ ਗੁਰਧਾਮਾਂ ਤੋਂ ਜਿੰਦ ਕਮਾ ਗਏ ਉਹ ਵੀ ਸਾਡੇ ਭਾਈ ਸੀ ਦਨ ਮੌਤ ਦਾ ਦੇਣਾ ਪੈਣਾ ਹੁਣ ਗੋਰੇ ਦੀਆਂ ਯਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਓ ਸਿੰਘ ਮਰੇ ਜੋ ਵਿੱਚ ਨਨਕਾਣੇ ਸਿੰਘ ਮਰੇ ਜੋ ਵਿੱਚ ਨਨਕਾਣੇ ਹੁਣੇ ਉਹਨਾਂ ਵੱਲ ਤੱਕ ਲਵੋ ਦੀਪ ਸਿੰਘ ਦੇ ਵੀਰੇ ਬਣ ਕੇ ਸੀਤਲੀ ਤੇ ਰੱਖ ਲਵੋ ਮੌਤ ਵਰੋ ਹੁਣ ਬਣ ਕੇ ਰਾਂਝੇ ਛੱਡ ਕਰਾਂ ਦੀਆਂ ਨਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਰਾਣੀਪੁਰੀਆ ਬਿਸ਼ਨ ਸਿੰਘ ਜੋ ਕਰਦਾ ਨਿੱਤ ਗਦਾਰੀ ਨੂੰ ਦੇ ਦੀਏ ਉਸਨੂੰ ਮੌਤ ਮਰਬੇ ਭੋਗ ਲਵੇ ਸਰਦਾਰੀ ਨੂੰ ਉਹ ਸਾਨੂੰ ਉਹ ਫੜਾਉਣ ਦੀ ਖਾਤਰ ਕਰਦਾ ਯਤਨ ਹਜ਼ਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਇਹ ਸਰਕਾਰ ਦਾ ਵੱਡਾ ਪਿੱਠੂ ਹਾਮੀ ਫਰਦਾ ਏ ਗੋਰੇ ਦੀ ਜੋ ਲਹੂ ਪੀ ਕੇ ਮੋਟਾ ਹੋਇਆ ਵੜ ਦਿਓ ਤੌਣ ਪਠੋਰੇ ਦੀ ਡਰਦੇ ਸਦਾ ਸ਼ੇਰ ਤੂੰ ਛੇਲੇ ਡਰਦੇ ਸਦਾ ਸ਼ੇਰ ਤੂੰ ਛੇਲੇ ਸ਼ੇਰ ਮਾਰਦੇ ਮਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਦੇਸ਼ ਭਗਤ ਕਈ ਇਸ ਫੜਵਾਏ ਨਿੱਤ ਗਦਾਰੀ ਕਰਦਾ ਜੋ ਰੋਕ ਦਿਓ ਹੁਣ ਅਣਖੀ ਮਰਦੋ ਸਾਣ ਅੰਗੂਰੀ ਚਰਦਾ ਜੋ ਦੇਸ਼ ਵਿੱਚੋਂ ਹੁਣ ਬਦਲੀ ਕਰਨਾ ਸਮੇਂ ਦੀਆਂ ਸਰਕਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਰਾਣੀਪੁਰ ਨੂੰ ਤੁਰਪੋ ਮਰਦੋ ਹੱਥ ਪਸਤੌਲੇ ਅਠਾ ਕੇ ਤੇ ਸੁੱਖਾ ਸਿੰਘ ਮਹਤਾਬ ਸਿੰਘ ਦੇ ਵਾਂਗਰ ਭੇਸ ਵਟਾ ਕੇ ਤੇ ਜਰਨੈਲ ਮੇਜਰ ਭਗਵੰਤ ਰਲ ਕੇ ਤਿੰਨੇ ਲਾਉਂਦੇ ਟਾਰਾਂ ਨੂੰ ਕਲਗੀ ਥਰ ਦੇ ਸਿੱਧਕੀ ਸਿੰਘੋ ਸੋਦੋ ਦੇਸ਼ ਗਦਾਰਾਂ ਨੂੰ ਬੱਬਰ ਸੂਰਮੇ ਬਾਬਾ ਕਿਸ਼ਨ ਸਿੰਘ ਗੱਜ ਨੇ ਆਖਿਆ ਖਾਲਸਾ ਜੀ ਹੁਣ ਸਾਨੂੰ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਰਗੇ ਕਾਰਨਾਮੇ ਕਰਨੇ ਪੈਣਗੇ ਸਾਡੇ ਆਪਣੇ ਘਰ ਦੇ ਭੇਤੀ ਜਿਵੇਂ ਲਿੰਕਾ ਢਾਈ ਰਾਵਣ ਦੇ ਭਰਾ ਨੇ ਇਸੇ ਤਰ੍ਹਾਂ ਸਾਡੇ ਭਰਾ ਲਾਲਚ ਦੀ ਖਾਤਰ ਮੁਰੱਬੇ ਲੈਣ ਦੀ ਖਾਤਰ ਸਾਡੀਆਂ ਜਾਨਾਂ ਲੈ ਰਹੇ ਨੇ ਦੇਸ਼ ਭਗਤਾਂ ਦੇ ਨਾਲ ਜੇਲ੍ਹਾਂ ਭਰੀਆਂ ਹੋਈਆਂ ਨੇ ਸਰਕਾਰ ਇਹਨਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਇਹਨਾਂ ਤੋਂ ਮਾੜੇ ਕੰਮ ਕਰਵਾ ਰਹੀ ਹੈ ਬਾਬਾ ਕਿਸ਼ਨ ਸਿੰਘ ਗੜਗੱਜ ਨੇ ਜਿਹੜੀ ਬੱਬਰਾਂ ਦੇ ਸਾਹਮਣੇ ਲਿਸਟ ਪੇਸ਼ ਕੀਤੀ ਉਹਨੇ ਵੀ ਸਭ ਤੋਂ ਪਹਿਲਾ ਨਾਮ ਜੈਲਦਾਰ ਬਿਸ਼ਨ ਸਿੰਘ ਰਾਣੀਪੁਰ ਵਾਲੇ ਦਾ ਸੀ ਇਸੇ ਤਰ੍ਹਾਂ ਤਾਰਾ ਸਿੰਘ ਧਾਮੀਆਂ ਵਾਲੇ ਦਾ ਸੀ ਇਸੇ ਤਰ੍ਹਾਂ ਸੂਬੇਦਾਰ ਗੇਂਦਾ ਸਿੰਘ ਮਾਣੂ ਕੇ ਘੜਿਆਲ ਵਾਲਿਆਂ ਦਾ ਸੀ ਬੱਬਰਾਂ ਨੂੰ ਲਲਕਾਰਿਆ ਗਿਆ ਸ਼ੇਰ ਜਵਾਨ ਉੱਠੇ ਵਰਿਆਮ ਸਿੰਘ ਉੱਠਿਆ ਇਹਨੇ ਆਖਿਆ ਖਾਲਸਾ ਜੀ ਮੈਂ ਬੈਂਕਾਂ ਲੁੱਟ ਕੇ ਪੈਸਾ ਪਾਰਟੀ ਨੂੰ ਦਿਆਂਗਾ ਲੋਕਾਂ ਦੀ ਸੇਵਾ ਕਰਾਂਗਾ ਇਸੇ ਤਰ੍ਹਾਂ ਰਾਮ ਸਿੰਘ ਅਤੇ ਧਰਮ ਸਿੰਘ ਉੱਠੇ ਇਹਨਾਂ ਪਸਤੌਲ ਉਠਾ ਕੇ ਆਖਿਆ ਖਾਲਸਾ ਜੀ ਸਾਨੂੰ ਆਗਿਆ ਦਿੱਤੀ ਜਾਏ ਅਸੀਂ ਜੈਲਦਾਰ ਬਿਸ਼ਨ ਸਿੰਘ ਨੂੰ ਮੌਤ ਦੇ ਮੁਰੱਬੇ ਦਿਆਂਗੇ ਬਾਬਾ ਕਿਸ਼ਨ ਸਿੰਘ ਗੜਗੱਜ ਨੇ ਆਖਿਆ ਖਾਲਸਾ ਜੀ ਉਹ ਬੰਦੇ ਜਾਣੇ ਚਾਹੀਦੇ ਨੇ ਜਿਹੜੇ ਜੈਲਦਾਰ ਬਿਸ਼ਨ ਸਿੰਘ ਦੀ ਸੂਰਤ ਦੇ ਵਾਕਫ ਹੋਣ ਕਿਤੇ ਕੋਈ ਹੋਰ ਬੰਦਾ ਨਜਾਇਜ਼ ਨਾ ਮਾਰਿਆ ਜਾਂਦਾ ਹੋਵੇ ਹੱਸ ਕੇ ਬੱਬਰ ਅਕਾਲੀ ਰਾਮ ਸਿੰਘ ਨੇ ਆਖਿਆ ਖਾਲਸਾ ਜੀ ਮੇਰੀ ਭੂਆ ਦਿਆਲੀ ਉਸੇ ਦੇ ਪਿੰਡ ਵਿੱਚ ਵਿਆਹੀ ਹੋਈ ਹੈ ਮੈਂ ਚੰਗੀ ਤਰ੍ਹਾਂ ਜੈਲਦਾਰ ਬਿਸ਼ਨ ਸਿੰਘ ਦਾ ਵਾਕਫ ਹਾਂ ਕੋਈ ਨਾਜਾਇਜ਼ ਬੰਦਾ ਨਹੀਂ ਮਾਰਿਆ ਜਾਏਗਾ ਮੈਂ ਉਹਦੀ ਸ਼ਕਲ ਦਾ ਭੇਤੀ ਹਾਂ ਇਸ ਲਈ ਮੈਨੂੰ ਆਗਿਆ ਦਿੱਤੀ ਜਾਏ ਜਥੇਦਾਰ ਨੇ ਅਰਦਾਸ ਕਰਕੇ ਭਾਈ ਰਾਮ ਸਿੰਘ ਅਤੇ ਧਰਮ ਸਿੰਘ ਸਾਹਿਬ ਜੀ ਨੂੰ ਤੋਰਿਆ ਧਰਮ ਸਿੰਘ ਕਰਤਾਰ ਸਿੰਘ ਆਦਮਪੁਰ ਵਾਲੇ ਦਾ ਪੁੱਤਰ ਹੈ ਰਾਮ ਸਿੰਘ ਅਤੇ ਧਰਮ ਸਿੰਘ ਦੋਨੋਂ ਪਸਤੌਲ ਉਠਾ ਕੇ ਚੱਲੇ ਨੇ ਜਥੇਦਾਰ ਨੇ ਅਰਦਾਸ ਕਰਕੇ ਤੋਰੇ ਨੇ ਬੱਬਰ ਅਕਾਲੀ ਬਦਲ ਕੇ ਪੇਸ ਇਹ ਰਾਣੀਪੁਰ ਵਿੱਚ ਪਹੁੰਚੇ ਨੇ ਭਾਦਰੋਂ ਦਾ ਮਹੀਨਾ
ਮੱਸਿਆ ਵਾਲਾ ਦਿਨ ਸੀ, ਸੂਰਜ ਢਲਦਾ ਜਾ ਰਿਹਾ ਸੀ। ਇਹਨਾਂ ਨੂੰ ਪਤਾ ਲੱਗਾ ਕਿ ਜੈਲਦਾਰ ਬਿਸ਼ਨ ਸਿੰਘ ਆਪਣੇ ਖੂਹ ਉੱਤੇ ਇਸ਼ਨਾਨ ਕਰਨ ਵਾਸਤੇ ਗਿਆ ਹੋਇਆ ਹੈ। ਭਾਦਰੋ ਮਹੀਨੇ ਵਿੱਚ ਆਮ ਚਰਾਂ ਦੀਆਂ ਵੱਡੀਆਂ ਫਸਲਾਂ ਹੋਇਆ ਕਰਦੀਆਂ ਹਨ। ਰਾਣੀਪੁਰ ਨੂੰ ਜਿਹੜਾ ਬਿਸ਼ਨ ਸਿੰਘ ਦੇ ਖੂਹ ਤੋਂ ਰਸਤਾ ਆਉਂਦਾ ਸੀ, ਵੱਡੇ ਰਾਹ ਉੱਤੇ ਬੱਬਰ ਅਕਾਲੀ ਸੂਰਬੀਰ ਬਹਾਦਰ ਉਹਦਾ ਰਸਤਾ ਰੋਕ ਕੇ ਬੈਠ ਗਏ ਨੇ। ਇਧਰੋਂ ਕਰਕੇ ਕੇਸੀ ਇਸ਼ਨਾਨ ਚੜਿਆ ਜੈਲਦਾਰ ਬਿਸ਼ਨ ਸਿੰਘ ਜੀ ਘੋੜੀ ਉੱਤੇ ਅਤੇ ਆਪਣੇ ਕਾਮੇ ਨੂੰ ਕਹਿੰਦਾ ਘੁੱਲਿਆ ਮੱਝਾਂ ਨੂੰ ਹੱਕ ਲੈ, ਅੱਜ ਮੱਸਿਆ ਵਾਲਾ ਦਿਨ ਹੈ, ਜੈਲਦਾਰ ਨੇ ਉਡੀਕਦੀ ਹੋਵੇਗੀ, ਦੁੱਧ ਚੁੱਕ ਕੇ ਖੀਰ ਬਣਾਈ ਜਾਏਗੀ। ਕਾਮਾ ਮੱਝਾਂ ਹੱਕੀ ਆ ਰਿਹਾ ਹੈ, ਬਿਸ਼ਨ ਸਿੰਘ ਘੋੜੀ ਉੱਤੇ ਸਵਾਰ ਹੈ, ਵਾਲ ਖੁੱਲ੍ਹੇ ਛੱਡੇ ਹੋਏ ਨੇ ਅਤੇ ਕਾਮੇ ਨੇ ਆਖਿਆ ਮੇਰੇ ਮਾਲਕ ਜੀ, ਮੈਂ ਸੁਣਿਆ ਕਿ ਹੁਣ ਤੁਹਾਨੂੰ ਮਾਰਨ ਵਾਲੀ ਟੋਲੀ ਪੈਦਾ ਹੋ ਗਈ ਹੈ, ਉਹਨਾਂ ਦਾ ਨਾਮ ਬੱਬਰ ਅਕਾਲੀ ਹੈ, ਤੁਸੀਂ ਇਕੱਲੇ ਇਸੇ ਤਰ੍ਹਾਂ ਖੂਹ ਉੱਤੇ ਨਾ ਆਇਆ ਕਰੋ। ਕੱਢ ਕੇ ਜੇਬ ਵਿੱਚੋਂ ਪਸਤੌਲ ਬਿਸ਼ਨ ਸਿੰਘ ਦੇ ਕੇ ਮੁੱਛ ਨੂੰ ਵੱਟ ਕਹਿੰਦਾ ਘੁੱਲਿਆ, ਇਹ ਚੰਦ ਭੂਤਰੇ ਹੋਏ ਬੰਦੇ, ਮੈਂ ਚੰਦ ਦਿਨਾਂ ਵਿੱਚ ਸਾਂਭਲਾਂਗਾ, ਮੈਂ ਅੰਗਰੇਜ਼ ਰਾਜ ਦਾ ਚੌਥਾ ਪਾਵਾਂ, ਮੇਰੀ ਕੋਈ ਵਾਵਲ ਨਹੀਂ ਵੇਖ ਸਕਦਾ। ਜਿਵੇਂ ਜੈਲਦਾਰ ਬਿਸ਼ਨ ਸਿੰਘ ਆਪਣੇ ਖੂਹ ਤੋਂ ਨਹਾ ਕੇ ਚੱਲਿਆ, ਭਾਈ ਰਾਮ ਸਿੰਘ ਅਤੇ ਧਰਮ ਸਿੰਘ ਨੇ ਪਹਿਲੇ ਗਦਾਰ ਦੀ ਸੋਧ ਸੰਨ 1922 ਭਾਦਰੋਂ ਮਹੀਨਾ ਮੱਸਿਆ ਵਾਲੇ ਦਿਨ ਜਿਵੇਂ ਰਾਣੀਪੁਰ ਦੇ ਵੱਡੇ ਰਾਹ ਉੱਤੇ ਕੀਤੀ, ਉਸ ਵੇਲੇ ਦਾ ਵੇਰਵਾ ਕਵੀਸ਼ਰੀ ਜਥਾ ਇਉਂ ਬਿਆਨ ਕਰ ਰਿਹਾ ਹੈ। ਜੈਲਦਾਰ ਜਾਂ ਬਿਸ਼ਨ ਸਿੰਘ ਵੀਰ ਨਾ, ਜੈਲਦਾਰ ਜਾਂ ਬਿਸ਼ਨ ਸਿੰਘ ਵੀਰ ਨਾ, ਖੂਹ ਤੋਂ ਇਸ਼ਨਾਨ ਕਰਕੇ ਵੱਲ ਪਿੰਡ ਦੇ ਤਿਆਰੀ ਕਰਦਾ ਲੋਚਦਾ ਸੀ ਮਾਣ ਪੀਣ ਨੂੰ ਉੱਤੋਂ ਵਕਤ ਵਕਤ ਤਿਕਾਣਾ ਦਾ ਸੀ ਹੋਇਆ ਉੱਤੋਂ ਵਕਤ ਵਕਤ ਤਿਕਾਣਾ ਦਾ ਸੀ ਹੋਇਆ ਉਸ ਵੇਲੇ ਰੋਜ਼ ਪੀਂਦਾ ਸੀ ਕਹਿੰਦਾ ਮਨ ਨੂੰ ਮਨਾਓਏ ਪਿੰਡ ਚੱਲ ਕੇ ਪੀਣੀ ਅੱਜ ਰੱਜ ਰੱਜ ਕੇ ਕਦੀ ਆਖਦਾ। ਜੈਲਦਾਰ ਜਾਂ ਬਿਸ਼ਨ ਸਿੰਘ ਵੀਰ ਨਾ, ਖੂਹ ਤੋਂ ਇਸ਼ਨਾਨ ਕਰਕੇ ਵੱਲ ਪਿੰਡ ਦੇ ਤਿਆਰੀ ਕਰਦਾ ਲੋਚਦਾ ਸੀ ਮਾਣ ਪੀਣ ਨੂੰ ਉੱਤੋਂ ਵਕਤ ਤਿਕਾਣਾ ਦਾ ਸੀ ਹੋਇਆ ਉੱਤੋਂ ਵਕਤ ਵਕਤ ਤਿਕਾਣਾ ਦਾ ਸੀ ਹੋਇਆ ਉਸ ਵੇਲੇ ਰੋਜ਼ ਪੀਂਦਾ ਸੀ ਕਹਿੰਦਾ ਮਨ ਨੂੰ ਮਨਾਓਏ ਪਿੰਡ ਚੱਲ ਕੇ ਪੀਣੀ ਅੱਜ ਰੱਜ ਰੱਜ ਕੇ ਕਦੇ ਆਖਦਾ ਉਹ ਕਦੇ ਆਖਦਾ ਹੈ ਕਾਹਦਾ ਹੁਣ ਘਾਟਾ ਗੋਰੀ ਸਰਕਾਰ ਆਪਣੀ ਮੇਰਾ ਜ਼ੋਰ ਹੈ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸਰਕਾਰੀ ਡਰਦੇ ਜੈਲਦਾਰ ਨੂੰ ਮਾਰੇਗਾ ਜਿਹੜਾ ਜੰਮਿਆ ਨੀ ਲਾਲ ਮਾਈ ਨੇ ਕੰਮ ਬੱਬਰ ਫੜਾਉਣੀ ਨਿੱਤ ਮੇਰਾ ਮੈਂ ਬੰਦਾ ਸਰਕਾਰ ਦਾ ਗੱਲਾਂ ਕਰਦਾ ਆ ਗਿਆ ਉੱਥੇ ਕਰਦਾ ਆ ਗਿਆ ਉੱਥੇ ਜਿੱਥੇ ਸੀ ਇਹ ਬਹੁਤ ਫਸਲਾਂ ਉਹਨਾਂ ਵਿੱਚ ਸੀ ਬੱਬਰ ਕੁਝ ਬੈਠੇ ਡੀਕਦੇ ਸੀ ਜੈਲਦਾਰ ਨੂੰ ਜਦੋਂ ਵੇਖਿਆ ਆ ਗਿਆ ਨੇੜੇ ਬੱਬਰਾਂ ਨੂੰ ਰੋਜ਼ ਚੜਿਆ ਵਿੱਚ ਜੋਸ਼ ਦੇ ਜਕਾਰੇ ਛੱਡ ਦੇ ਕਹਿੰਦੇ ਹੁਣ ਜਾਈ ਨਾ ਪਾਪੀਆ ਘੁੱਲੇ ਤੇਲੀ ਨੇ ਤਾੜਿਆ ਮੌਕਾ ਨੱਸ ਗਿਆ ਪਿੰਡ ਵੱਲ ਨੂੰ ਜੈਲਦਾਰ ਤੋਂ ਗਿਆ ਨਾ ਭੱਜਿਆ ਰੁਕ ਗਿਆ ਉੱਥੇ ਸਹਿਮ ਕੇ ਰਾਮ ਸਿੰਘ ਨੇ ਕਿਹਾ ਸੁਣ ਪਾਪੀਆ ਰਾਮ ਸਿੰਘ ਨੇ ਕਿਹਾ ਸੁਣ ਪਾਪੀਆ ਲਈ ਲੇਖਾ ਮਰੱਬੇ ਮੌਤ ਦੇ ਇੰਨੀ ਆਖ ਕੇ ਚਲਾਤੀ ਗੋਲੀ ਲੰਘ ਗਈ ਜੋ ਇੱਕ ਪਾੜ ਕੇ ਗੇੜਾ ਖਾ ਕੇ ਬਿਸ਼ਨ ਸਿੰਘ ਡਿੱਗਿਆ ਬਈ ਗੇੜਾ ਖਾ ਕੇ ਬਿਸ਼ਨ ਸਿੰਘ ਡਿੱਗਿਆ ਮੂਹ ਧਰਤੀ ਉੱਤੇ ਨਾਲ ਕੱਟੇ ਦੇ
ਕੱਟੇ ਦੇ ਪਰ ਗਿਆ ਸਾਰਾ ਮੂੰਹ ਜਾਣੋ ਜੈਲਦਾਰ ਦਾ ਪਿਆ ਲਿਟਦਾ ਪਿਆ ਲਿਟਦਾ ਜ਼ਹਿਰੀਲੇ ਨਾਗ ਵਾਂਗਰਾਂ ਨਿਕਲੇ ਨਾ ਜਾਣ ਉਸ ਦੀ ਦੂਜੇ ਸ਼ੇਰ ਨੇ ਚਲਾਤੀ ਗੋਲੀ ਉਹ ਵੀ ਵੱਜੀ ਵਿੱਚ ਇੱਕ ਦੇ ਜਦੋਂ ਵੇਖਿਆ ਜਦੋਂ ਵੇਖਿਆ ਮਰ ਗਿਆ ਵੈਰੀ ਜਦੋਂ ਤੱਕਿਆ ਮਰ ਗਿਆ ਵੈਰੀ ਚਿੱਠੀ ਲੇਖ ਉਹਦੀ ਇੱਕ ਤੇ ਰੱਖ ਗਏ ਮਾਰ ਕੇ ਬਿਸ਼ਨ ਸਿੰਘ ਨੂੰ ਸ਼ੇਰ ਨੱਸ ਗਏ ਜਿਹੜਾ ਹੰਕਾਰਿਆ ਹੋਇਆ ਰਾਵਣ ਇੰਨਾ ਤਿੜਿਆ ਹੋਇਆ ਸੀ ਜਿਹੜਾ ਕਹਿ ਰਿਹਾ ਸੀ ਮੇਰੀ ਵਾਵਲ ਕੋਈ ਨਹੀਂ ਵੇਖੇਗਾ ਬੱਬਰ ਅਕਾਲੀ ਰਾਮ ਸਿੰਘ ਤੇ ਧਰਮ ਸਿੰਘ ਨੇ ਜਾਣਿਆ ਬੱਬਰਾਂ ਦੀ ਜਥੇਬੰਦੀ ਨੇ ਗਦਾਰਾਂ ਦੀ ਸੋਭ ਦੀ ਬੋਣੀ ਹੀ ਜੈਲਦਾਰ ਬਿਸ਼ਨ ਸਿੰਘ ਦੀ ਜਾਨ ਤੋਂ ਕੀਤੀ ਹੈ ਕਾਲ ਕਰਦੀ ਮਾਰੀ ਹਿੱਕ ਵਿੱਚ ਗੋਲੀ ਡੇਗਾ ਧਰਤੀ ਉੱਤੇ ਮੂਧੇ ਮੂੰਹ ਇਹਨੂੰ ਜੁੰਡਿਆਂ ਤੋਂ ਫੜ ਕੇ ਸਿੱਧਾ ਕੀਤਾ ਗਿਆ ਫੜਕਦੇ ਹੋਏ ਬੁੱਲਾਂ ਵਿੱਚੋਂ ਕਹਿੰਦਾ ਹਾਏ ਪਾਣੀ ਬੱਬਰਾਂ ਨੂੰ ਬੜਾ ਗੁੱਸਾ ਸੀ ਇਹਨਾਂ ਆਖਿਆ ਪਾਣੀ ਤਾਂ ਹੁਣ ਤੈਨੂੰ ਪੁਲਿਸ ਕਪਤਾਨ ਸਾਹਿਬ ਆ ਕੇ ਪਿਆਏਗਾ ਸਾਡੇ ਕੋਲ ਲੈਲਪੁਰ ਦੀ ਬਾਰ ਦੇ ਮੁਰੱਬੇ ਹੈ ਤੂੰ ਲਾਲਚੀ ਤਕੜਾ ਹੈ ਇਸ ਲਈ ਥੋੜ੍ਹਿਆਂ ਮੁਰੱਬਿਆਂ ਨਾਲ ਤੇਰਾ ਬਣਿਆ ਕੁਝ ਨਹੀਂ ਤੈਨੂੰ ਹੋਰ ਵੀ ਮੁਰੱਬੇ ਅਲਾਟ ਕਰਦੇ ਹੈ ਇੱਕ ਹੋਰ ਗੋਲੀ ਮਾਰੀ ਜੈਲਦਾਰ ਬਿਸ਼ਨ ਸਿੰਘ ਮਰ ਗਿਆ ਮੁਸਲਮਾਨ ਤੇਲੀਆਂ ਨਾਲ ਮੁੰਡਾ ਘੁੱਲਾ ਥਰ ਥਰ ਕੰਬੀ ਜਾ ਰਿਹਾ ਸੀ ਬੱਬਰ ਅਕਾਲੀਆਂ ਨੇ ਆਖਿਆ ਕਾਕਾ ਦੌੜ ਜਾ ਦੌੜੀ ਖੇਤਾਂ ਵੱਲ ਨੂੰ ਕਹਿੰਦੇ ਜੇ ਪਿੰਡ ਵੱਲ ਨੂੰ ਦੌੜਿਓ ਜਾਂ ਰੌਲਾ ਪਾਇਆ ਇੱਕ ਗੋਲੀ ਤੈਨੂੰ ਵੀ ਮਾਰ ਕੇ ਤੇਰੇ ਮਾਲਕ ਦੀ ਬਰਾਬਰ ਉੱਤੇ ਸੁੱਟ ਦਿੱਤਾ ਜਾਏਗਾ ਮੁਸਲਮਾਨ ਤੇਲੀਆਂ ਨਾਲ ਮੁੰਡਾ ਘੁੱਲਾ ਦੌੜ ਗਿਆ ਦੌੜਿਆ ਖੂਹ ਵੱਲ ਨੂੰ ਪਿੰਡ ਵੱਲ ਨੂੰ ਨਹੀਂ ਅੱਜ ਜੈਲਦਾਰ ਬਿਸ਼ਨ ਸਿੰਘ ਦੀ ਘੋੜੀ ਮਿਰਜੇ ਦੀਆਂ ਬੱਕੀ ਦੀ ਤਰ੍ਹਾਂ ਜਿਵੇਂ ਉਹਦੀਆਂ ਵਾਗਾਂ ਪੈਰਾਂ ਵਿੱਚ ਪਈਆਂ ਸੀ ਇਹ ਜਦੋਂ ਘਰ ਗਈ ਤੇ ਜੈਲਦਾਰ ਨੇ ਦੰਦੀਆਂ ਜੀਆਂ ਕੱਢ ਕੇ ਕਹਿਣ ਲੱਗੀ ਅੱਜ ਸਾਡੇ ਖੂਹ 'ਤੇ ਕੋਈ ਪਿਆਉਣ ਵਾਲਾ ਚਲੇ ਗਿਆ ਹੋਣਾ ਹੈ ਤਾਂ ਹੀ ਘੋੜੀ ਸੱਖਣੀ ਆ ਗਈ ਹੈ ਇੰਨਿਆਂ ਚਿਰਾਂ ਨੂੰ ਘੁੱਲੇ ਦੀਆਂ ਮੱਝਾਂ ਇਹ ਵੀ ਲੋਕਾਂ ਦੀਆਂ ਫਸਲਾਂ ਵਿੱਚੋਂ ਚਰਦੀਆਂ ਪਿੰਡ ਵੱਲ ਨੂੰ ਤੁਰੀਆਂ ਆ ਰਹੀਆਂ ਜਦੋਂ ਘਰ ਜਾ ਰਹੀਆਂ ਤੇ ਜੈਲਦਾਰ ਨੇ ਕਹਿੰਦੀ ਹੈ ਆ ਲੈਣ ਦੇ ਘੁੱਲੇ ਨੂੰ ਉਹਦੇ ਕੰਨ ਖਿੱਚਦੀਆਂ ਉਹ ਵੀ ਉੱਥੇ ਸ਼ਰਾਬੀ ਹੋ ਗਿਆ ਹੋਵੇਗਾ ਇੰਨਿਆਂ ਚਿਰਾਂ ਨੂੰ ਕੀ ਵੇਖਿਆ ਕਿ ਫਸਲਾਂ ਵਿੱਚ ਦੀ ਲੁਕਦਾ ਹੋਇਆ ਬੱਬਰਾਂ ਤੋਂ ਜਾਨ ਬਚਾਉਂਦਾ ਹੋਇਆ ਘੁੱਲਾ ਤੇਲੀ ਪਹੁੰਚਿਆ ਹੈ ਘਰ ਇਹਦਾ ਰੰਗ ਉੱਡਿਆ ਪਿਆ ਹੈ ਇਹਦਾ ਚਿਹਰਾ ਬਦਲਿਆ ਹੋਇਆ ਹੈ ਇਹ ਪਾਣੀਓਂ ਪਤਲਾ ਹੋਇਆ ਥਰ ਥਰ ਕੰਬੀ ਜਾ ਰਿਹਾ ਹੈ ਜੈਲਦਾਰਨੀ ਨੇ ਆਖਿਆ ਵੀ ਘੁੱਲਿਆ ਕੀ ਲੋੜਾ ਪੈ ਗਿਆ ਤੇਰਾ ਮਾਲਕ ਕਿਉਂ ਨਹੀਂ ਆਇਆ ਘੋੜੀ ਕਿਉਂ ਖਾਲੀ ਆਈ ਹੈ ਤੂੰ ਕਿਉਂ ਡਰਿਆ ਅਤੇ ਘਬਰਾਇਆ ਹੋਇਆ ਹੈ ਇਹਨੇ ਮੱਥੇ ਨੂੰ ਹੱਥ ਮਾਰ ਕੇ ਆਖਿਆ ਜੈਲਦਾਰਨੀ ਜੀ ਚਾਚੀ ਜੀ ਆਪਾਂ ਲੁੱਟੇ ਗਏ ਆਖਿਆ ਕੀ ਹੋ ਗਿਆ ਕਹਿੰਦਾ ਜਿਨ੍ਹਾਂ ਨੂੰ ਫੜਾਉਂਦਾ ਸੀ ਉਹ ਅੱਜ ਮਿਲ ਪਏ ਨੇ ਪਿੰਡ ਦੇ ਵੱਡੇ ਰਾਹ ਉੱਤੇ ਗੋਲੀਆਂ ਮਾਰ ਕੇ ਜੈਲਦਾਰ ਸਾਹਿਬ ਨੂੰ ਮਾਰ ਦਿੱਤਾ ਗਿਆ ਹੈ ਕਹਿੰਦੀ ਵੀ ਘੁੱਲਿਆ ਤੂੰ ਕੋਈ ਚਾਰਾ ਕਰ ਦੋ ਘੁੱਲਾ ਕਹਿੰਦਾ ਚਾਚੀ ਜੇ ਮੈਂ ਰੌਲਾ ਪਾਉਂਦਾ ਬੱਬਰ ਅਕਾਲੀਆਂ ਨੇ ਮੈਨੂੰ ਵੀ ਗੋਲੀ ਮਾਰ ਕੇ ਫੁੰਨ ਦੇਣਾ ਸੀ ਫਿਰ ਘਰ ਕਿਹੜਾ ਦੱਸਣ ਆਉਂਦਾ ਜਿਵੇਂ ਘੁੱਲੇ ਨੇ ਜੈਲਦਾਰ ਬਿਸ਼ਨ ਸਿੰਘ ਨੇ ਮਾਰੇ ਜਾਣ ਦੀ ਸਾਰੀ ਵਿਥਿਆ ਜੈਲਦਾਰਨੀ ਨੂੰ ਦੱਸੀ ਉਸੇ ਵੇਲੇ ਹੋਇਆ ਬਿਸ਼ਨੇ ਦਾ ਭਾਈਚਾਰਾ ਇਕੱਠਾ ਬਿਸ਼ਨੇ ਦਾ ਮੁੰਡਾ ਘੋੜੀ 'ਤੇ ਸਵਾਰ ਹੋ ਕੇ ਲੈ ਕੇ ਡਾਂਗਾ ਬੰਦੂਕਾਂ ਵਾਲਿਆਂ ਨੂੰ ਨਾਲ ਜਿਵੇਂ ਥਾਣੇ ਜਾ ਕੇ ਰਿਪੋਰਟ ਲਿਖਾਉਂਦਾ ਹੈ ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਹੈ ਜਿਸ ਦਮ ਜੈਲਦਾਰ ਨੂੰ ਘੇਰ ਲਿਆ ਸੀ ਬੱਬਰਾਂ ਨੇ ਉੱਲੇ ਤੇਲੀ ਉੱਥੋਂ ਕੰਨੀ ਸੀ ਖਸਕਾਈ ਵਿੱਚ ਦੀ ਫਸਲਾਂ ਦੇ ਉਹ ਲੁਕ ਲੁਕ ਕੇ ਪਿੰਡ ਆ ਗਿਆ ਬਾਕੀ ਜੈਲਦਾਰ ਦੀ ਕਰਦਾ ਹੈ ਸੁਣਵਾਈ ਕਹਿੰਦਾ ਮਾਰ ਦਿੱਤਾ ਹੈ ਜੈਲਦਾਰ ਨੂੰ ਬੱਬਰਾਂ ਨੇ ਮੈਂ ਤਾਂ ਉਹਨਾਂ ਕੋਲੋਂ ਲੁਕ ਕੇ ਜਾਨ ਬਚਾਈ ਮਰਨਾ ਬਿਸ਼ਨ ਸਿੰਘ ਦਾ ਸੁਣਿਆ ਜਦ ਪਰਿਵਾਰ ਨੇ ਸਾਰਾ ਟੱਬਰ ਬਹਿ ਕੇ ਜਾਂਦਾ ਸੀ ਕਰਨਾਈ ਪੁੱਤਰ ਜੈਲਦਾਰ ਦਾ ਚੜ ਪਿਆ ਸੀ ਝਟ ਘੋੜੀ ਤੇ ਪਿਆ ਠਾਣੇ ਵੱਲ ਨੂੰ ਛੇਤੀ ਕਰਕੇ ਤਾਈ ਪੁੱਜਾ ਪੰਧ ਮਕਾ ਕੇ ਛੇਤੀ ਉਹ ਵਿੱਚ ਥਾਣੇ ਦੇ ਸਾਰੇ ਰਸਤੇ ਦੇ ਵਿੱਚ ਘੋੜੀ ਗਿਆ ਭਜਾਈ ਜਾ ਕੇ ਥਾਣੇਦਾਰ ਨੂੰ
ਵਿਥਿਆ ਦੱਸੀ ਸਾਰੀ ਸੀ। ਤਾਈ ਮਾਰ ਖਲੋਤਾ, ਤਾਈ ਮਾਰ ਖਲੋਤਾ, ਜਾਂਦਾ ਸੀ ਕੁਰਲਾਈ। ਬਾਉੜੀ ਬਾਪ ਮੇਰੇ ਨੂੰ ਮਾਰਿਆ ਬੱਬਰ ਲੋਕਾਂ ਨੇ, ਸਾਡੇ ਬਾਜੋਂ ਮੇਰਾ ਹੁਣ ਨਾ ਕੋਈ ਹੁਨਸਾਈ। ਸੁਣ ਕੇ ਥਾਣੇਦਾਰ ਵੀ ਸੋਚਾਂ ਦੇ ਵਿੱਚ ਪੈ ਗਿਆ, ਸੱਚ ਆਖਾਂ, ਸੁਣ ਕੇ ਥਾਣੇਦਾਰ ਵੀ ਸੋਚਾਂ ਦੇ ਵਿੱਚ ਪੈ ਗਿਆ। ਕਹਿੰਦਾ ਮਾਰ ਦਿੱਤਾ ਹੈ ਬੱਬਰਾਂ ਬੰਦਾ ਸ਼ਾਈ। ਤਾਰਾਂ ਖੜਕ ਗਈਆਂ ਸੀ ਪਲ ਅੰਦਰ ਜਰਨੈਲ ਸਿਆ, ਠਾਣੇਦਾਰ ਵੀ ਲਈ ਕਿਨਾਲ ਛਪਾਈ। ਤੁਰ ਪਿਆ ਠਾਣੇਦਾਰ ਵੀ ਲਈ ਕਿਨਾਲ ਛਪਾਈ। ਜੈਲਦਾਰ ਬਿਸ਼ਨ ਸਿੰਘ ਦੇ ਪੁੱਤ ਨੇ ਥਾਣੇਦਾਰ ਰਣਬੀਰ ਸਿੰਘ ਨੂੰ ਜਾ ਕੇ ਬੇਨਤੀ ਕੀਤੀ, ਆਖਿਆ ਜਨਾਬ ਬੱਬਰ ਅਕਾਲੀਆਂ ਨੇ ਮੇਰੇ ਬਾਪ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ, ਉਹ ਪਿੰਡ ਦੇ ਵੱਡੇ ਰਾਹ ਉੱਤੇ ਪਿਆ ਹੋਇਆ ਹੈ, ਤੁਹਾਡੇ ਗਿਆਂ ਤੋਂ ਬਿਨਾਂ ਉਹਦੀ ਲੋਥ ਨੂੰ ਉਠਾਇਆ ਨਹੀਂ ਜਾਵੇਗਾ। ਕਹਿੰਦੇ ਨੇ ਕਿ 12 ਉਹਦੇ ਕੋਲਾਂ ਘੋੜ ਸਵਾਰ ਸੀ ਔਰ 13ਵਾਂ ਆਪ ਸੀ, ਪਰ ਪੰਗਾ ਬੱਬਰ ਅਕਾਲੀਆਂ ਦੇ ਨਾਲ ਪੈਣ ਲੱਗਾ ਹੈ। ਬੱਬਰਾਂ ਦੀ ਦਹਿਸ਼ਤ ਇੰਨੀ ਸੀ, ਵੱਡੇ ਤੋਂ ਵੱਡੇ ਸਰਕਾਰੀ ਅਫਸਰ ਵੀ ਜਦੋਂ ਕੋਈ ਵਾਰਦਾਤ ਹੁੰਦੀ ਹੈ ਕੰਨੀ ਕਸਕਾ ਜਾਇਆ ਕਰਦੇ ਨੇ। ਇਹਨੇ ਸੋਚਿਆ ਭਾਵੇਂ ਮੇਰੇ ਕੋਲਾਂ ਇੰਨੇ ਜਵਾਨ ਨੇ ਫਿਰ ਵੀ ਬੱਬਰਾਂ ਦੇ ਮੁਕਾਬਲੇ ਉੱਤੇ ਥੋੜ੍ਹੇ ਹੈ। ਇਹਨੇ ਪੁਲਿਸ ਕਪਤਾਨ ਸਾਹਿਬ ਨੂੰ ਫੋਨ ਕੀਤਾ, ਆਖਿਆ ਜਨਾਬ ਜਦ ਤੱਕ ਤੁਸੀਂ ਨਹੀਂ ਉੱਥੇ ਪਹੁੰਚੋਗੇ, ਮੌਕਾ ਨਹੀਂ ਵੇਖੋਗੇ, ਉਹਨਾਂ ਚਿਰ ਕੁਝ ਵੀ ਨਹੀਂ ਬਣੇਗਾ। ਲੈ ਕੇ ਆਪਣੇ ਸਾਥੀਆਂ ਨੂੰ ਨਾਲ, ਆਪਣੇ ਸਿਪਾਹੀਆਂ ਨੂੰ ਨਾਲ, ਥਾਣੇਦਾਰ ਰਣਬੀਰ ਸਿੰਘ ਨੇ ਦਿਨ ਛੁੱਪਣ ਤੋਂ ਪਹਿਲਾਂ ਰਾਣੀਪੁਰ ਵਾਲੇ ਵੱਡੇ ਰਸਤੇ ਉੱਤੇ ਜੈਲਦਾਰ ਬਿਸ਼ਨ ਸਿੰਘ ਦੀ ਲੋਥ ਨੂੰ ਘੇਰੇ ਵਿੱਚ ਲੈ ਲਿਆ ਹੈ। ਕੋਲਾਂ ਬੁਲਾ ਕੇ ਬਿਸ਼ਨੇ ਦੇ ਵਾਰਸਾਂ ਨੂੰ ਇਸ ਥਾਣੇਦਾਰ ਨੇ ਆਖਿਆ, ਜਦ ਤੱਕ ਕਪਤਾਨ ਸਾਹਿਬ ਨਹੀਂ ਆ ਜਾਂਦਾ ਮੈਂ ਕੋਈ ਕਾਰਵਾਈ ਨਹੀਂ ਕਰ ਸਕਾਂਗਾ। ਪਿੰਡੋਂ ਬੰਦੂਕਾਂ ਵਾਲੇ, ਡਾਂਗਾਂ ਵਾਲੇ ਔਰ ਲੰਪਾਂ ਦਾ ਪ੍ਰਬੰਧ ਕੀਤਾ ਜਾਏ ਕਿਉਂਕਿ ਕਾਲੀ ਬੋਲੀ ਰਾਤ ਚੱਲੀ ਆਉਂਦੀ ਹੈ। ਇੱਧਰ ਕਹਿੰਦੇ ਨੇ ਕਿ ਰਾਮ ਸਿੰਘ ਅਤੇ ਧਰਮ ਸਿੰਘ ਜਦੋਂ ਜੈਲਦਾਰ ਬਿਸ਼ਨ ਸਿੰਘ ਨੂੰ ਮਾਰ ਦਿੱਤਾ, ਉਸ ਮੌਕੇ 'ਤੇ ਹਦਾਇਤ ਸੀ ਜਿਹੜਾ ਵੀ ਬੱਬਰ ਸ਼ੇਰ ਕਿਸੇ ਗਦਾਰ ਦਾ ਕਤਲ ਕਰੇਗਾ ਉਹਨੂੰ ਸੋਧੇਗਾ, ਉਹਦੀ ਜ਼ਿੰਮੇਵਾਰੀ ਚੁੱਕੇਗਾ। ਰਾਮ ਸਿੰਘ ਅਤੇ ਧਰਮ ਸਿੰਘ ਦੋਹਾਂ ਜਵਾਨਾਂ ਨੇ, ਸਭ ਤੋਂ ਪਹਿਲਾਂ ਭਾਈ ਧਰਮ ਸਿੰਘ ਸਾਹਿਬ ਜੀ ਨੇ ਲਿਖ ਦਿੱਤਾ ਕਿ ਜੈਲਦਾਰ ਬਿਸ਼ਨ ਸਿੰਘ ਜਿਹੜਾ ਹੈ ਇਹਨੂੰ ਅਸੀਂ ਮਾਰਿਆ, ਸਰਕਾਰ ਨਜਾਇਜ਼ ਬੰਦਿਆਂ ਨੂੰ ਤੰਗ ਨਾ ਕਰੇ। ਅਤੇ ਲਾਗੋਂ ਦੂਸਰਾ ਸਾਥੀ ਧਰਮ ਸਿੰਘ ਬੋਲਿਆ, ਕਹਿੰਦਾ ਮਿੱਤਰਾ ਅੱਜ ਮੱਸਿਆ ਵਾਲੀ ਰਾਤ ਸਿਰ ਉੱਤੇ ਆਉਣ ਵਾਲੀ ਹੈ, ਆਪਾਂ ਜਾ ਕੇ ਕੀ ਕਰਨਾ, ਕੁਝ ਮੈਨੂੰ ਵੀ ਲਿਖ ਲੈਣ ਦੇ। ਇਹਨੇ ਇਸੇ ਚਿੱਠੀ ਦੇ ਥੱਲੇ ਹਿੱਸੇ ਵਿੱਚ ਲਿਖ ਦਿੱਤਾ ਕਿ ਅਜੇ ਅਸੀਂ ਇੱਥੇ ਹੈ, ਬਿਸ਼ਨੇ ਨੂੰ ਚੁੱਕਣ ਵਾਸਤੇ ਬਹੁਤੇ ਬੰਦੇ ਨਾ ਆਉਣ, ਅਸੀਂ ਪਰਨ ਕਰਦੇ ਹਾਂ ਜੈਲਦਾਰ ਬਿਸ਼ਨ ਸਿੰਘ ਦਾ ਸੰਸਕਾਰ ਹੋਣ ਤੋਂ ਪਹਿਲਾਂ ਪਹਿਲਾਂ ਹੋਰ ਸਰਕਾਰ ਦੇ 2 ਬੰਦਿਆਂ ਨੂੰ ਮਾਰ ਦਿੱਤਾ ਜਾਏਗਾ। ਹੈਰਾਨੀ ਦੀ ਬਾਤ ਹੈ, ਸੰਨ 1922 ਦੀ ਘਟਨਾ ਹੈ, ਜਿਨ੍ਹਾਂ ਵੇਲਿਆਂ ਵਿੱਚ ਪੰਜਾਬੀ ਲੋਕਾਂ ਨੂੰ ਸਾਈਕਲ ਚਲਾਉਣਾ ਨਹੀਂ ਸੀ ਆਉਂਦਾ, ਕਦੇ ਵੱਡੇ ਬੰਦੇ ਨੇ ਸਾਈਕਲ ਲਿਆਂਦਾ ਹੋਵੇ, ਦੂਸਰੇ ਪਿੰਡਾਂ ਵਾਲੇ ਲੋਕ ਵੇਖਣ ਵਾਸਤੇ ਜਾਂਦੇ ਸੀ। ਭਾਵੇਂ 15 ਫੁੱਟ ਦੀ ਸੜਕ ਹੋਵੇ, ਕਿਤੇ ਸਾਈਕਲ ਵਾਲਾ ਜਾਂਦਾ ਹੋਵੇ ਮੱਝਾਂ ਵਾਲਾ ਮੱਝਾਂ ਪਾਸੇ ਕਰ ਲੈਂਦਾ ਸੀ, ਵੀ ਕਿਤੇ ਬਾਈਸਾਈਕਲ 'ਤੇ ਥੱਲੇ ਆ ਕੇ ਮੱਝ ਨਾ ਮਰ ਜਾਂਦੀ ਹੋਵੇ। ਉਸ ਭੋਲੇ ਯੁੱਗ ਦੀ ਗੱਲ ਹੈ, ਕਿੰਨੇ ਤੇਜ਼, ਕਿੰਨੇ ਬਹਾਦਰ, ਕਿੰਨੇ ਜਸ਼ੀਲੇ, ਕਿੰਨੇ ਫੁਰਤੀਲੇ ਸਨ ਬੱਬਰ ਅਕਾਲੀ, ਜਿਨ੍ਹਾਂ ਲਿਖ ਦਿੱਤਾ ਜੈਲਦਾਰ ਬਿਸ਼ਨ ਸਿੰਘ ਮਰਨ ਤੋਂ ਪਹਿਲਾਂ ਅਸੀਂ ਹੋਰ ਸਰਕਾਰ ਸੜਨ ਤੋਂ ਪਹਿਲਾਂ ਬਿਸ਼ਨੇ ਦੇ ਅਸੀਂ ਹੋਰ ਸਰਕਾਰ ਦੇ 2 ਬੰਦੇ ਮਾਰਾਂਗੇ, ਅਜੇ ਅਸੀਂ ਇੱਥੇ ਹਾਂ। ਥਾਣੇਦਾਰ ਰਣਬੀਰ ਸਿੰਘ ਨੇ ਵੇਖਿਆ ਬੱਬਰ ਅਕਾਲੀਆਂ ਦੀ ਲਿਖੀ ਹੋਈ ਚਿੱਠੀ ਬਿਸ਼ਨੇ ਦੀ ਜੇਬ ਵਿੱਚ ਪਈ ਹੋਈ ਸੀ। ਜਦੋਂ ਪੜ੍ਹੀ ਰਣਬੀਰ ਸਿੰਘ ਨੇ ਲੱਤਾਂ ਕੰਬ ਗਈਆਂ ਨੇ। ਇੰਨਿਆਂ ਚਿਰਾਂ ਨੂੰ ਕਹਿੰਦੇ ਨੇ ਕਿ ਪੁਲਿਸ ਕਪਤਾਨ ਸਾਹਿਬ ਗਾਰਦਾਂ ਲੈ ਕੇ ਆ ਗਿਆ, ਉਤਰਿਆ ਲਾਰੀ ਵਿੱਚੋਂ, ਪੁੱਛਦਾ ਰਣਬੀਰ ਸਿੰਘ ਜੀ ਮਾਮਲਾ ਕੈਸਾ ਹੈ? ਅਤੇ ਰਣਬੀਰ ਸਿੰਘ ਨੇ ਹੱਸ ਕੇ ਆਖਿਆ ਵੀ ਵਾਹ, ਅਨਪੜ੍ਹ ਲੋਕਾਂ ਨਾਲ ਨਹੀਂ ਸਗੋਂ ਪੜ੍ਹੇ ਲਿਖੇ ਲੋਕਾਂ ਨਾਲ ਪੈ ਗਿਆ ਜਾਪਦਾ ਹੈ, ਮਾਮਲਾ ਜ਼ਬਾਨੀ ਦੱਸਣ ਵਾਲਾ, ਵਿਚਾਰਨ ਵਾਲਾ ਜਾਂ ਸੋਚਣ ਵਾਲਾ ਨਹੀਂ, ਮਾਮਲਾ ਤਾਂ ਲਿਖਤੀ ਰੂਪ ਵਿੱਚ ਹੈ। ਫੜੀ ਬੱਬਰ ਅਕਾਲੀਆਂ ਦੀ ਚਿੱਠੀ ਅਤੇ ਪੁਲਿਸ ਕਪਤਾਨ ਦੇ ਹਵਾਲੇ ਕਰ ਦਿੱਤੀ। ਜਦੋਂ ਪੁਲਿਸ ਕਪਤਾਨ ਨੇ ਪੜ੍ਹਿਆ, ਬੱਬਰਾਂ ਨੇ ਲਿਖਿਆ ਹੋਇਆ ਸੀ ਅਜੇ ਅਸੀਂ ਇੱਥੇ ਹਾਂ, ਇਹਦੇ ਸੜਨ ਤੋਂ ਪਹਿਲਾਂ ਹੋਰ ਸਰਕਾਰ ਦੇ ਬੰਦੇ ਮਾਰਾਂਗੇ। ਪੁਲਿਸ ਕਪਤਾਨ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ, ਉਹਨੂੰ ਇਉਂ ਜਾਪਿਆ ਕਿ ਸਰਕਾਰ ਦਾ ਇਹਨਾਂ ਬੰਦਿਆਂ ਵਿੱਚ ਵੱਡਾ ਬੰਦਾ ਮੈਂ ਹਾਂ, ਕਿਤੇ ਬੱਬਰ ਅਕਾਲੀਆਂ ਨੇ ਮੇਰਾ ਨੰਬਰ ਨਾ ਲਾਇਆ ਹੋਵੇ। ਸੰਨ 1922 ਦੇ ਦੇਸ਼ ਭਗਤ
ਬੱਬਰ ਅਕਾਲੀਆਂ ਦੀ ਚਿੱਠੀ ਅੰਗਰੇਜ਼ ਸਰਕਾਰ ਦਾ ਕਪਤਾਨ ਪੜ੍ਹ ਕੇ ਜਿਵੇਂ ਥਰ ਥਰ ਕੰਬ ਰਿਹਾ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਲਿਖੀ ਜੋ ਬੱਬਰਾਂ ਚਿੱਠੀ ਪੜ੍ਹ ਕੇ ਕਪਤਾਨ ਡਿੱਠੀ, ਮੁੱਖੋਂ ਫਿਰੇ ਇੰਜ ਪਕਾਰੇ ਉਲਟੇ ਅੱਜ ਦਿਸਦੇ ਕਾਰੇ, ਮੈਨੂੰ ਜਾਪਦੀ ਵਿਗੜ ਚੱਲੀ ਕਹਾਣੀ ਬਈ ਮਾਰ ਕੇ, ਬਿਸ਼ਨ ਸਿੰਘ ਨੂੰ ਲੁਕੀ ਹੋਣੀ ਕਿਤੇ ਬੱਬਰਾਂ ਦੀ ਟਾਣੀ ਜੀ ਮਾਰ ਕੇ। ਬੱਬਰਾਂ ਨੇ ਲਿਖੀਆਂ ਵਾਕਾਂ ਕੀਤਾ ਹੈ ਅਸੀਂ ਇਹ ਸਾਕਾਂ, ਸਾਡਾ ਇਹ ਵੱਡਾ ਵੈਰੀ ਕਿਲਾ ਹੈ ਤਾਈਓ ਯਾਰੀ, ਤਾਈਓ ਦਿੱਤਾ ਇਹਨੂੰ ਮੌਤ ਦਾ ਇਨਾਮ ਸੀ ਬਈ ਚਿੱਠੀ ਪੜ ਬੱਬਰਾਂ ਦੀ ਕੰਬੀ, ਜਾਵਦਾ ਪੁਲਿਸ ਕਪਤਾਨ ਸੀ ਜੀ ਚਿੱਠੀ ਪੜ। ਲਿਖੀ ਜੋ ਬੱਬਰਾਂ ਚਿੱਠੀ ਪੜ੍ਹ ਕੇ ਕਪਤਾਨ ਡਿੱਠੀ, ਮੁੱਖੋਂ ਫਿਰ ਇੰਜ ਪਕਾਰੇ ਉਲਟੇ ਅੱਜ ਦਿਸਦੇ ਕਾਰੇ, ਮੈਨੂੰ ਜਾਪਦੀ ਵਿਗੜ ਚੱਲੀ ਕਹਾਣੀ ਬਈ ਮਾਰ ਕੇ, ਬਿਸ਼ਨ ਸਿੰਘ ਨੂੰ ਲੁਕੀ ਹੋਣੀ ਕਿਤੇ ਬੱਬਰਾਂ ਦੀ ਟਾਣੀ ਬਈ ਮਾਰ ਕੇ। ਬੱਬਰਾਂ ਨੇ ਲਿਖੀਆਂ ਵਾਕਾਂ ਕੀਤਾ ਹੈ ਅਸੀਂ ਇਹ ਸਾਕਾਂ, ਸਾਡਾ ਇਹ ਵੱਡਾ ਵੈਰੀ ਕੀ ਲਿਆ ਹੈ ਤਾਈਓ ਯਾਰੀ, ਤਾਈਓ ਦਿੱਤਾ ਇਹਨੂੰ ਮੌਤ ਦਾ ਇਨਾਮ ਸੀ ਬਈ ਚਿੱਠੀ ਪੜ ਬੱਬਰਾਂ ਦੀ ਕੰਬੀ, ਜਾਵਦਾ ਪੁਲਿਸ ਕਪਤਾਨ ਸੀ ਜੀ ਚਿੱਠੀ ਪੜ। ਛੇਤੀ ਕੋਈ ਕਰ ਲੋ ਚਾਰਾ ਹੋ ਜੇ ਕੋਈ ਹੋਰ ਨਕਾਰਾ, ਇੱਥੇ ਹੈ ਖਤਰਾ ਸਾਨੂੰ ਤਾਈਓ ਮੈਂ ਦੱਸਾਂ ਤੁਹਾਨੂੰ, ਖਾਣਾ ਹੋ ਗਿਆ ਹਰਾਮ ਆਨਾ ਪਾਣੀ ਬਈ ਮਾਰ ਕੇ, ਬਿਸ਼ਨ ਸਿੰਘ ਨੂੰ ਲੁਕੀ ਹੋਣੀ ਕਿਤੇ ਬੱਬਰਾਂ ਦੀ ਟਾਣੀ ਜੀ ਮਾਰ ਕੇ। ਇਸ ਦੀ ਲਾਸ਼ ਨੂੰ ਠਾਉਣਾ ਬੰਦੇ ਨਾ ਬਹੁਤੀ ਆਉਣਾ, ਮਾਰਨੇ ਹੋਰ ਦੋ ਬੰਦੇ ਮਾਰੇ ਜੋ ਕਰਦੇ ਤੰਦੇ, ਕਦੀ ਡਰਦੇ ਨਾ ਬੱਬਰੇ ਜਵਾਨ ਸੀ ਬਈ ਚਿੱਠੀ ਪੜ ਬੱਬਰਾਂ ਦੀ ਕੰਬੀ, ਜਾਵਦਾ ਪੁਲਿਸ ਕਪਤਾਨ ਸੀ ਜੀ ਚਿੱਠੀ ਪੜ। ਜਾਗੇ ਹੁਣ ਬੱਬਰ ਸ਼ੇਰ ਜਬਰ ਨੂੰ ਕਰਨਾ ਜੇਰ, ਝੋਲੀ ਚੁੱਕੇ ਅਸਾਣੀ ਛੱਡਣੇ ਭਾਰਤ ਚੋਂ ਗੋਰੇ ਕੱਢਣੇ, ਸੇਰੇ ਬੰਨ ਕੇ ਹੈ ਮੌਤ ਵੀ ਆਣੀ ਜੀ ਮਾਰ ਕੇ, ਬਿਸ਼ਨ ਸਿੰਘ ਨੂੰ ਲੁਕੀ ਹੋਣੀ ਕਿਤੇ ਬੱਬਰਾਂ ਦੀ ਟਾਣੀ ਜੀ ਮਾਰ ਕੇ। ਇਸ ਦੇ ਸੜਨੇ ਪਹਿਲੇ ਨੀਲੇ ਤੇ ਵੱਜਣੇ ਦੇਲੇ, ਦੇਣੀ ਤੂੰ ਹੋਰ ਜਮਾਰ ਪੱਕੀ ਜੋ ਇਸ ਦੇ ਯਾਰ, ਜਿਹੜੇ ਬੱਬਰਾਂ ਨੂੰ ਲੱਗ ਪੈ ਫੜਾਣ ਸੀ ਜੀ ਚਿੱਠੀ ਪੜ ਬੱਬਰਾਂ ਦੀ ਕੰਬੀ, ਜਾਵਦਾ ਪੁਲਿਸ ਕਪਤਾਨ ਸੀ ਜੀ ਚਿੱਠੀ ਪੜ। ਸਾਡੇ ਨਾਲ ਧੋਖਾ ਕਰਦਾ ਗੋਰੇ ਦੀ ਹਾਮੀ ਭਰਦਾ, ਦੇਸ਼ ਨਾਲ ਕਰੇ ਗਦਾਰੀ ਉਲਟੀ ਇਹਨ ਨੀਤੀ ਤਾਰੀ, ਨੀਤ ਹਰ ਮੌਕੇ ਰੱਖਦਾ ਸੀ ਕਹਾਣੀ ਜੀ ਮਾਰ ਕੇ, ਬਿਸ਼ਨ ਸਿੰਘ ਨੂੰ ਲੁਕੀ ਹੋਣੀ ਕਿਤੇ ਬੱਬਰਾਂ ਦੀ ਟਾਣੀ ਜੀ ਮਾਰ ਕੇ। ਆਜ਼ਾਦੀ ਦਾ ਝੰਡਾ ਕੱਢਣਾ, ਆਜ਼ਾਦੀ ਦਾ ਝੰਡਾ ਕੱਢਣਾ ਗੋਰੇ ਨੂੰ ਦੇਸ਼ੋਂ ਕੱਢਣਾ, ਭਾਰਤ ਹੁਣ ਆਜ਼ਾਦ ਹੋਣਾ ਤਾਈਓ ਹੈ ਮੇਜਰ ਗਾਉਣਾ, ਇਹੋ ਕਵੀ ਜਰਨੈਲ ਦਾ ਐਲਾਨ ਸੀ ਬਈ ਚਿੱਠੀ ਪੜ ਬੱਬਰਾਂ ਦੀ ਕੰਬੀ, ਜਾਵਦਾ ਪੁਲਿਸ ਕਪਤਾਨ ਸੀ ਜੀ ਚਿੱਠੀ ਪੜ। ਪੜ੍ਹ ਕੇ ਚਿੱਠੀ ਨੂੰ ਪੁਲਿਸ ਕਪਤਾਨ ਨੇ ਹੁਕਮ ਕੀਤਾ, ਪਿੰਡੋਂ ਗੱਡਾ ਲਿਆਓ ਤੇ ਬਿਸ਼ਨ ਸਿੰਘ ਦੀ ਲਾਸ਼ ਨੂੰ ਗੱਡੇ ਉੱਤੇ ਲੱਦ ਕੇ ਪਿੰਡ ਵਿੱਚ ਲਿਆਂਦਾ ਜਾਏ। ਗੱਡੇ ਤੇ ਲੱਦ ਕੇ ਲਾਸ਼ ਬਿਸ਼ਨੇ ਦੇ ਘਰ ਵਿੱਚ ਲਿਆਂਦੀ ਗਈ। ਕਹਿੰਦੇ ਨੇ ਕਿ ਬਿਸ਼ਨੇ ਦੀ ਸਵਾਣੀ ਅੱਜ ਵਹਿਣ ਪਾ ਪਾ ਕੇ ਰੋਂਦੀ ਸੀ, ਪਰ ਜਿਨ੍ਹਾਂ ਦੇ ਬੰਦਿਆਂ ਨੂੰ ਬਿਸ਼ਨਾ ਫੜਵਾਇਆ ਕਰਦਾ ਸੀ, ਇਨਾਮ ਲਿਆ ਕਰਦਾ ਸੀ, ਅੱਜ ਉਹਨਾਂ ਦੇ ਘਰਾਂ ਵਿੱਚ ਘਿਓ ਦੀਆਂ ਜੋਤਾਂ ਜਗ ਰਹੀਆਂ ਨੇ। ਇੱਧਰ ਐਨ ਦਿਨ ਸ਼ਿਵਦੇ ਦੇ ਨਾਲ ਜੈਲਦਾਰ ਸਾਹਿਬ ਦੀ ਲੋਥ ਪਿੰਡ ਵਿੱਚ ਗਈ ਹੈ। ਉੱਧਰ ਬੱਬਰ ਅਕਾਲੀ ਭਾਈ ਰਾਮ ਸਿੰਘ ਜੀ ਅਤੇ ਧਰਮ ਸਿੰਘ ਜੀ
ਟੱਪ ਕੇ ਟੱਠੀਆਂ ਕਰਾਂ ਦੀਆਂ ਕੰਧਾਂ, ਇਹਨਾਂ ਵੀ ਜਾ ਭੂਆ ਦਿਆਲੀ ਨੂੰ ਮੱਥਾ ਟੇਕਿਆ। ਦਿਆਲੀ ਨੇ ਬਾਗੀ ਭਤੀਜੇ ਨੂੰ ਗਲ ਨਾਲ ਲਾਇਆ, ਸਿਰ 'ਤੇ ਪਿਆਰ ਦੇ ਕੇ ਆਖਿਆ, ਪੁੱਤ ਰਾਮ ਸਿਆਮ ਅੱਜ ਤੂੰ ਆਉਣਾ ਨਹੀਂ ਸੀ, ਅੱਜ ਤਾਂ ਜੈਲਦਾਰ ਬਿਸ਼ਨ ਸਿੰਘ ਕਿਸੇ ਨੇ ਮਾਰ ਦਿੱਤਾ, ਸੁਣਿਆ ਪੁਲਿਸ ਵੜੀ ਆ ਗਈ ਹੈ। ਬੱਬਰ ਅਕਾਲੀ ਰਾਮ ਸਿੰਘ ਨੇ ਹੱਸ ਕੇ ਆਖਿਆ, ਭੂਆ ਬਿਸ਼ਨੇ ਨੂੰ ਕਿਸੇ ਉੱਪਰੇ ਬੰਦੇ ਨਹੀਂ, ਸਗੋਂ ਅਸੀਂ ਮਾਰਿਆ, ਅਜੇ ਤਾਂ ਤੇਰੀਆਂ ਅੱਖਾਂ ਦੇ ਸਾਹਮਣੇ ਅਸੀਂ ਬਹੁਤ ਕੁਝ ਕਰਨ ਵਾਲੇ ਹਾਂ। ਬੜਾ ਖੁਸ਼ ਹੋਈ ਦਿਆਲੀ, ਬੱਬਰਾਂ ਨੂੰ ਜਲ ਪਾਣੀ ਛਕਾ ਰਹੀ ਸੀ। ਜਦੋਂ ਤਗੜਾ ਬੰਦਾ ਮਰ ਜਾਏ ਉਹਨੂੰ ਪੁਲਿਸ ਵਾਲਿਆਂ ਨੂੰ ਕੋਈ ਪੁੱਛਿਆ ਨਹੀਂ ਕਰਦਾ, ਮਾੜੇ ਦਾ ਪੁੱਤ ਮਰ ਜਾਏ ਪੁਲਿਸ ਵਾਲਿਆਂ ਨੂੰ ਕੁੱਕੜ 'ਤੇ ਮੁਰਗੇ ਮਿਲਿਆ ਕਰਦੇ ਨੇ। ਕਹਿੰਦੇ ਨੇ ਕਿ ਪਿੰਡ ਦਾ ਨੰਬਰਦਾਰ ਦੁੱਧ ਲੈ ਕੇ ਆਇਆ, ਕਪਤਾਨ ਸਾਹਿਬ ਨੇ ਪੀ ਲਿਆ, ਬਾਕੀ ਦੇ ਸਾਰੇ ਬੰਦੇ ਜਿਹੜੇ ਹੈ ਉਹ ਭੁੱਖੇ ਬੈਠੇ ਹੋਏ ਸਨ, ਆਸ ਵਿੱਚ ਲੱਗੇ ਨੇ ਸਲਾਹਾਂ ਕਰਨ। ਕਹਿੰਦੇ ਨੇ ਕਿ ਕਪਤਾਨ ਸਾਹਿਬ ਦਾ ਹੁਕਮ ਹੈ ਘਰਾਂ ਦੀ ਤਲਾਸ਼ੀ ਕੀਤੀ ਜਾਏ, ਜਿਹੜੇ ਪਾਸੇ ਕੋਈ ਖਤਰਾ ਜਾਪੇ ਉਸ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ, ਪਰ ਜਿਹੜੇ ਪਾਸਿਓਂ ਖਤਰਾ ਨਹੀਂ, ਜੱਟਾਂ ਦੀਆਂ ਰੂੜੀਆਂ ਫਰੋਲੋ, ਕਾਰ ਫਰੋਲੋ, ਕਿਸੇ ਦੇ ਘਰ ਵਿੱਚੋਂ ਦੇਸੀ ਦਾਰੂ ਮਿਲ ਗਈ, ਸਾਡੇ ਕੁੱਕੜ 'ਤੇ ਮੁਰਗੇ ਬਣ ਜਾਣਗੇ। ਜਾਣਿਆ ਲੱਗੇ ਨੇ ਕੁੱਕੜ 'ਤੇ ਮੁਰਗੇ ਬਣਾਉਣ, ਘਰਾਂ ਦੀ ਲੱਗੇ ਨੇ ਤਲਾਸ਼ੀ ਲੈਣ। ਇੱਕ ਸੋਮਨਾਥ ਸਿਪਾਹੀ ਜਿਹਨੇ ਇੱਕੀਆਂ ਰੌਂਦਾਂ ਦਾ ਪਟਕ ਲੱਕ ਨੂੰ ਪਾਇਆ, ਮੋਢੇ ਉੱਤੇ ਪੱਕੀ ਬੰਦੂਕ ਹੈ, ਇਹਨੂੰ ਮੌਤ ਘੇਰ ਕੇ ਦਿਆਲੀ ਦੇ ਘਰ ਵਿੱਚ ਲੈ ਆਈ ਹੈ। ਇਹਨੇ ਬਾਹਰਲਾ ਦਰਵਾਜ਼ਾ ਠੋਕਰਿਆ, ਕੁੰਡਾ ਨਹੀਂ ਸੀ ਵੱਜਾ, ਪੁਲਿਸ ਵਾਲਾ ਘਰ ਵਿੱਚ ਦਾਖਲ ਹੋ ਗਿਆ। ਦਿਆਲੀ ਵਿਚਾਰੀ ਸੋਚਾਂ ਵਿੱਚ ਪੈ ਗਈ ਵੀ ਇੱਕ ਪਾਸੇ ਬੱਬਰ ਅਕਾਲੀ ਮੇਰੇ ਘਰ ਵਿੱਚ ਹੈ ਅਤੇ ਦੂਸਰੇ ਪਾਸੇ ਪੁਲਿਸ ਵਾਲਾ ਆ ਗਿਆ। ਸੋਮਨਾਥ ਨੇ ਆਖਿਆ, ਮਾਂ ਮੈਨੂੰ ਪਿਆਸ ਬੜੀ ਲੱਗੀ ਹੈ, ਪਾਣੀ ਆਏ ਤਾਂ ਘੁੱਟ ਪਿਆ ਦੇ। ਮਾਂ ਨੇ ਜਵਾਬ ਦਿੱਤਾ ਵੀ ਮੇਰੀ ਤਾਂ ਧੀ ਬਿਮਾਰ ਸੀ, ਮੈਂ ਉਹਦੇ ਕੋਲੋਂ ਆਈ ਹੈ, ਹੁਣ ਸੁਣਿਆ ਬਿਸ਼ਨ ਸਿੰਘ ਕਿਸੇ ਨੇ ਮਾਰ ਦਿੱਤਾ, ਮੈਂ ਡਰਦੀ ਖੂਹ 'ਤੇ ਪਾਣੀ ਲੈਣ ਨਹੀਂ ਗਈ ਕਿ ਕਿਤੇ ਕੋਈ ਬੁਰੜੀ ਨੂੰ ਗੋਲੀ ਮਾਰ ਕੇ ਨਾ ਮਾਰ ਦਿੰਦਾ ਹੋਵੇ। ਇੱਧਰ ਅੰਦਰ ਬੈਠੇ ਰਾਮ ਸਿੰਘ ਨੇ ਇਸ਼ਾਰਾ ਕਰਕੇ ਆਖਿਆ, ਭੂਆ ਕਾਬੂ ਆਇਆ ਸ਼ਿਕਾਰ, ਕਿਉਂ ਸੁੱਕਾ ਜਾਣ ਦਿੰਦੇ ਹੈ? ਭੂਆ ਨੇ ਉਸੇ ਵੇਲੇ ਪ੍ਰੋਗਰਾਮ ਬਦਲਤਾ, ਰੱਖਿਆ ਮੱਥੇ 'ਤੇ ਹੱਥ, ਆਖਿਆ ਵੇ ਪੁੱਤਾ ਰੱਬ ਨਾ ਭੁਲਾਵੇ, ਪੁਲਿਸ ਵਾਲਾ ਜਾਪਦਾ। ਇਹਨੇ ਆਖਿਆ, ਹਾਂ ਮਾਂ ਮੇਰਾ ਨਾਂ ਸੋਮਨਾਥ ਹੈ। ਇਹਨੇ ਆਖਿਆ, ਆ ਪੁੱਤ ਜੀ ਆਇਆ ਨੂੰ ਜਿੰਨਾ ਅੱਖ ਪਾਣੀ ਪਿਆ ਦਿੰਦੀ ਹਾਂ, ਮੈਂ ਤਾਂ ਆਖਿਆ ਕਿ ਜੇ ਉਹ ਬੰਦਾ ਨਾ ਹੋਵੇ ਜਿਹਨੇ ਬਿਸ਼ਨੇ ਨੂੰ ਮਾਰਿਆ, ਕਿਤੇ ਮੈਨੂੰ ਨਾ ਗੋਲੀ ਮਾਰ ਜਾਂਦਾ ਹੋਵੇ। ਭਾਲਿਆ ਮੰਜੇ ਉੱਤੇ ਫੜਾਇਆ ਪੁਰਾਣਾ ਕਹਿਣ ਦਾ ਛੰਨਾ ਮਾਈਆਂ ਵਾਲਾ ਪਾਣੀ ਦਾ ਭਰ ਕੇ, ਸੋਮਨਾਥ ਨੇ ਭਰੀ ਪਾਣੀ ਦੀ ਘੁੱਟ ਅਤੇ ਪੁੱਛਦਾ, ਬੁਰੜੀਏ ਕੋਈ ਐਰਗਰ ਬੰਦਾ ਤੇਰੇ ਘਰ ਵਿੱਚ ਨਹੀਂ ਆਇਆ? ਇੰਨਿਆਂ ਚਿਰਾਂ ਨੂੰ ਇਹਦੇ ਸਿਰੂ 'ਤੇ ਖਲੋਤਾ ਬੱਬਰ ਅਕਾਲੀ ਰਾਮ ਸਿੰਘ ਇਹਨੇ ਪਾ ਸਾਫ ਹੈ ਅਤੇ ਗਲ ਵਿੱਚ ਲਿਆ। ਇਹਨੇ ਆਖਿਆ, ਮਿੱਤਰਾ ਇੱਕ ਮੈਂ ਅਤੇ ਇੱਕ ਮੇਰੇ ਨਾਲ ਦਾ ਅੰਦਰ ਬੈਠਾ, ਚੱਲ ਤੈਨੂੰ ਦਰਸ਼ਨ ਕਰਾਵਾਂ। ਡੰਗਰ ਜਿਹੜੇ ਸੋਮਨਾਥ ਦੀ ਆਵਾਜ਼ ਨਹੀਂ ਨਿਕਲਣ ਦਿੱਤੀ, ਤੂੰ ਕਿ ਅੰਦਰ ਲੈ ਗਿਆ, ਚਾੜਿਆ ਪਰਨੇ ਨੂੰ ਵੱਟ ਅਤੇ ਫਾਹ ਦੇ ਕੇ ਬੱਬਰ ਅਕਾਲੀ ਰਾਮ ਸਿੰਘ ਨੇ ਇਹਨੂੰ ਮਾਰ ਦਿੱਤਾ ਹੈ। ਅਤੇ ਨਾਲ ਦੇ ਧਰਮੇ ਨੂੰ ਕਹਿੰਦਾ, ਧਰਮਿਆਂ ਤੂੰ ਚਿੱਠੀ ਉੱਤੇ ਲਿਖਿਆ ਸੀ ਸਰਕਾਰ ਦੇ ਦੋ ਬੰਦੇ ਮਾਰਨੇ ਹਨ, ਇੱਕ ਮੈਂ ਮਾਰ ਦਿੱਤਾ ਹੈ, ਹੁਣ ਵਰਦੀ ਵੀ ਮਿਲ ਗਈ ਹੈ, ਬੰਦੂਕ ਵੀ ਮਿਲ ਗਈ ਹੈ, ਅਸਲਾ ਵੀ ਮਿਲ ਗਿਆ, ਜਿਹੜਾ ਹੁਣ ਤੂੰ ਮਾਰਨਾ ਤੂੰ ਤਿਆਰੀ ਕਰ ਲੈ। ਬੱਬਰ ਅਕਾਲੀ ਧਰਮੇ ਨੇ ਆਖਿਆ, ਰਾਮ ਸਿਆਮ ਹਨੇਰੀ ਰਾਤ ਹੈ, ਜੇ ਨਿਸ਼ਾਨਾ ਖੁੰਝ ਗਿਆ ਕਿਤੇ ਕੁਰਬਾਨੀ ਵਿਅਰਥ ਨਾ ਚਲੀ ਜਾਂਦੀ ਹੋਵੇ, ਤੂੰ ਫੌਜੀ ਬੰਦਾ ਹੈ, ਤੇਰਾ ਨਿਸ਼ਾਨਾ ਜਿੱਥੋਂ ਦੁਸ਼ਮਣ ਦੀ ਆਵਾਜ਼ ਆਵੇਗੀ ਉੱਥੋਂ ਤੱਕ ਪਹੁੰਚ ਸਕਦਾ ਹੈ, ਇਸ ਲਈ ਇਹ ਵੀ ਸੇਵਾ ਤੂੰ ਹਨੇਰੀ ਰਾਤ ਵਿੱਚ ਕਰੇ ਤਾਂ ਚੰਗੀ ਬਾਤ ਹੈ। ਪਾ ਲਈ ਬੰਦੂਕ ਮੋਢੇ ਉੱਤੇ, ਪੁਲਿਸ ਵਾਲਿਆਂ ਦੀ ਵਰਦੀ ਪਾ ਲਈ ਹੈ, ਭਾਈ ਰਾਮ ਸਿੰਘ ਨੇ ਲੱਕ ਨੂੰ ਪਾ ਕੇ ਰੌਂਦਾਂ ਦਾ ਪਟਾ, ਆਖਿਆ, ਧਰਮਿਆਂ ਹੁਣ ਮੇਰੇ ਵੱਲ ਨਜ਼ਰ ਮਾਰ ਕੇ ਵੇਖ, ਕੋਈ ਫਰਕ ਤਾਂ ਨਹੀਂ ਜਾਪਦਾ? ਬੱਬਰ ਅਕਾਲੀ ਰਾਮ ਸਿੰਘ ਨੇ ਆਖਿਆ, ਯਕੀਨ ਕਰਕੇ ਜਾਣੀ, ਇਉਂ ਜਾਪਦਾ ਹੈ ਕਿ ਜਿਵੇਂ ਸਰਕਾਰ ਨੇ ਤੇਰਾ ਹੀ ਮੇਚਾ ਲੈ ਕੇ ਵਰਦੀ ਬਣਾਈ ਹੋਵੇ। ਪਾ ਕੇ ਵਰਦੀ, ਭਾਈ ਰਾਮ ਸਿੰਘ ਸਾਹਿਬ ਜੀ ਨਿਕਲਿਆ ਘਰ ਵਿੱਚੋਂ ਬਾਹਰ, ਅੱਗੇ ਹੁਣ ਕਿਹਨੂੰ ਜਾ ਕੇ ਦਰਸ਼ਨ ਦੇਵੇਗਾ, ਪਿਆਰ ਨਾ ਤੱਕੋ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਪਾਰਾਣੀ ਪੁਰ ਨੂੰ ਘੇਰਾ ਸੀ ਮੱਲਿਆ ਪੁਲਿਸ ਚ ਫੇਰਾ, ਹੈ ਤਨ ਬੱਬਰਾਂ ਦਾ ਜੇਰਾ ਜੋ ਬੈਠੇ ਕਰੇ ਦਿਆਲੀ ਦੇ, ਮੈਂ ਸਦਕੇ ਫੌਜ ਅਕਾਲੀ ਦੇ। ਅਵਸਰੀ ਆਖ ਸੁਣਾਇਆ ਸਦ ਸਭਣਾ ਨੂੰ ਸਮਝਾਇਆ, ਫਿਰ ਚਾਰ ਚ ਫੇਰੀ ਲਾਇਆ, ਬੱਬਰ ਨਾ ਨਿਕਲ ਜਾਣ ਕਿਤੇ, ਸਾਨੂੰ ਨਾ ਮਾਰ ਮਕਾਨ ਕਿਤੇ। ਸੀ ਬਹੁਤ ਹਨੇਰੀ ਰਾਤ, ਇੱਕ ਮਰਦ ਨੂੰ ਲੱਗੀ ਪਿਆਸ, ਨਾ ਜਿਸ ਦਾ ਸੋਮ ਸੀ ਨਾਥ, ਉਹ ਆ ਗਿਆ ਘਰੇ ਦਿਆਲੀ ਸੀ, ਜਿੱਥੇ ਬੈਠੇ ਬੱਬਰੀ ਅਕਾਲੀ ਸੀ। ਪਾਣੀ ਉਸ ਦੇ ਤੀਕ ਪਿਲਾਇਆ, ਚੰਗਾ ਨਿਸ਼ਾਨ ਦੇ ਨਾਲ ਰਜਾਇਆ, ਫਿਰ ਸਾਫਾ ਗਲ ਵਿੱਚ ਪਾਇਆ, ਬੱਬਰਾਂ ਨੇ ਵੱਟ ਚੜਾ ਦਿੱਤਾ,
ਜਾਨੋ ਹੀ ਮਾਰ ਮਕਾ ਦਿੱਤਾ ਦਿੱਤਾ ਬੱਬਰਾਂ ਨੇ ਮਾਰ ਛਪਾਈ ਫਿਰ ਵਰਦੀ ਉਸਦੀ ਲਾਈ ਗਲ ਰਾਮ ਸਿੰਘ ਨੇ ਪਾਈ ਮੋਢੇ ਤੇ ਰਾਈਫਲ ਪਾ ਗਏ ਜੀ ਸਿੰਘ ਤੁਰ ਪਿਆ ਭੇਸ ਵਟਾ ਕੇ ਜੀ ਰਾਮ ਸਿੰਘ ਸੀ ਭੇਸ ਬਦਲਾ ਕੇ ਰਾਮ ਸਿੰਘ ਸੀ ਭੇਸ ਬਦਲਾ ਕੇ ਮੋਢੇ ਤੇ ਰਾਈਫਲ ਪਾ ਕੇ ਪੁੱਜਾ ਉਸ ਜਗ੍ਹਾ ਤੇ ਜਾ ਕੇ ਜਿੱਥੇ ਖੜੀ ਪੁਲਿਸ ਦੀ ਲਾਰੀ ਸੀ ਜੋ ਲੱਗੇ ਕਰਨ ਤਿਆਰੀ ਸੀ ਜੈਲਦਾਰ ਦਾ ਪੁੱਤਰ ਬੜਾ ਰੋਇਆ ਕਹਿੰਦਾ ਬਹੁਤ ਹੈ ਮਾੜਾ ਹੋਇਆ ਅੱਜ ਬਾਪੂ ਮੇਰਾ ਮੋਇਆ ਮੈਨੂੰ ਨਾ ਬੱਬਰ ਛੱਡਣਗੇ ਮੇਰਾ ਵੀ ਕੰਡਾ ਕੱਢਣਗੇ ਕਵਿਤਾਣ ਹੈ ਕਹਿੰਦਾ ਜਦ ਤੱਕ ਨੀ ਬੱਬਰ ਫੜ ਲੈਂਦਾ ਮੈਂ ਰਾਮ ਨਾਲ ਨਹੀਂ ਬਹਿੰਦਾ ਸਭ ਬੱਬਰ ਮਾਰ ਮਕਾ ਦੂੰਗਾ ਠੰਡ ਤੇਰੇ ਕਾਲਜੇ ਪਾ ਦੂੰਗਾ ਇੰਨੀ ਕਹਿ ਕੇ ਕਰੀ ਤਿਆਰੀ ਖੜਾ ਮੰਗਲ ਸਹਾਇ ਵਿੱਚ ਬਾਰੀ ਪਿੱਛੋਂ ਗੋਲੀ ਸ਼ੇਰ ਨੇ ਮਾਰੀ ਮੰਗਲ ਨੂੰ ਮਾਰ ਮਕਾ ਦਿੱਤਾ ਇਹ ਪਾਪੀ ਮਗਰੋਂ ਲਾ ਦਿੱਤਾ ਤੱਕ ਕੌਤਕ ਬਿਰਾਏ ਨਾ ਪੇਸ਼ ਕਿਸੇ ਦੀ ਜਾਏ ਕੋਈ ਡਰਦ ਨਾ ਰੌਲਾ ਪਾਏ ਉਹ ਜਾਂਦਾ ਬੱਬਰ ਕਹਿ ਗਿਆ ਜੇ ਪਤਾ ਲੱਗਾ ਨੀ ਕਿਧਰੇ ਛੈ ਗਿਆ ਜੇ ਗੋਲੀ ਮਾਰ ਕੇ ਬੱਬਰ ਸ਼ੇਰ ਗੋਲੀ ਮਾਰ ਕੇ ਬੱਬਰ ਸ਼ੇਰ ਝੱਟ ਨੱਠਿਆ ਲਾਈ ਨਾ ਦੇਰ ਘਰੇ ਆ ਗਿਆ ਭੂਆ ਦੇ ਫੇਰ ਮੰਗਲ ਨੂੰ ਮਾਰ ਮਕਾ ਕੇ ਤੇ ਸੱਚ ਕਹਿ ਜਰਨੈਲ ਸੁਣਾ ਕੇ ਤੇ ਕਹਿੰਦੇ ਨੇ ਕਿ ਬੱਬਰ ਅਕਾਲੀ ਰਾਮ ਸਿੰਘ ਜੀ ਜਦੋਂ ਘਰ ਵਿੱਚੋਂ ਪੁਲਿਸ ਵਾਲਿਆਂ ਦਾ ਭੇਸ ਧਾਰ ਕੇ ਨਿਕਲਿਆ ਪਿੰਡ ਦੇ ਚੌਂਕ ਦੇ ਵਿਚਾਲੇ ਪੁਲਿਸ ਕਪਤਾਨ ਜਲੰਧਰ ਨੂੰ ਤਿਆਰ ਹੋਇਆ ਸੀ ਜੈਲਦਾਰ ਬਿਸ਼ਨ ਸਿੰਘ ਦਾ ਪੁੱਤਰ ਧਾਈ ਮਾਰ ਕੇ ਰੋ ਰੋ ਕੇ ਉਹਦੇ ਗਲ ਲੱਗ ਲੱਗ ਕੇ ਕਹਿ ਰਿਹਾ ਸੀ ਜਨਾਬ ਤੁਸੀਂ ਤੁਰ ਚੱਲੇ ਹੋ ਅਜੇ ਅੱਧੀ ਰਾਤ ਬਾਕੀ ਹੈ ਸਾਡਾ ਕੀ ਬਣੇਗਾ ਮੰਗਲ ਸਹਾਇ ਚੌਧਰੀ ਜੈਲਦਾਰ ਬਿਸ਼ਨ ਸਿੰਘ ਦਾ ਪੱਗਵਟ ਭਰਾ ਇਹ ਵੀ ਮਰੇ ਭਰਾ ਦਾ ਮੂੰਹ ਵੇਖਣ ਆਏ ਫਸ ਚੱਲਿਆ ਹੈ ਇਹਨੇ ਗੱਲ ਨਾ ਲਾ ਕੇ ਆਪਣੇ ਭਤੀਜੇ ਨੂੰ ਆਖਿਆ ਪੁੱਤਰਾ ਡਰਨ ਦੀ ਲੋੜ ਨਹੀਂ ਪਤਾ ਲੱਗ ਗਿਆ ਤੇਰੇ ਪਿਤਾ ਦੇ ਕਾਤਲ ਜਿਹੜੇ ਹੈ ਉਹ ਬੱਬਰ ਅਕਾਲੀ ਹੈ ਚੰਦ ਦਿਨਾਂ ਵਿੱਚ ਫੜ ਲਏ ਜਾਣਗੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਪਿੰਡ ਵਿੱਚ ਲਿਆ ਕੇ ਰੁੱਖ ਨਾ ਬੰਨ ਕੇ ਫਾਹੇ ਲਾ ਕੇ ਉਹਨਾਂ ਤੋਂ ਬਦਲਾ ਲਿਆ ਜਾਏਗਾ ਧਰਵਾਸ ਦੇ ਕੇ ਪੁਲਿਸ ਕਪਤਾਨ ਜਿਹੜਾ ਸੀ ਉਹ ਕਾਰ ਵਿੱਚ ਬੈਠਾ ਹੈ ਮੰਗਲ ਸਹਾਇ ਲੱਗਾ ਉਸੇ ਕਾਰ ਵਿੱਚ ਚੜ੍ਹਨ ਅਜੇ ਇਹਨੇ ਸੱਜਾ ਪੈਰ ਕਾਰ ਦੀ ਬਾਰੀ ਵਿੱਚ ਰੱਖਿਆ ਇਹਨਾਂ ਚਿਰਾਂ ਨੂੰ ਪੁਲਿਸ ਵਾਲਿਆਂ ਦੇ ਭੇਸ ਵਿੱਚ ਗਏ ਹੋਏ ਬੱਬਰ ਅਕਾਲੀ ਰਾਮ ਸਿੰਘ ਨੇ ਲੈ ਕੇ ਇਹਦੇ ਬੱਬਰਾਂ ਦਾ ਨਿਸ਼ਾਨਾ ਕਾਲ ਕਰਦੀ ਗੋਲੀ ਇਹਦੇ ਬੱਬਰਾਂ ਵਿੱਚ ਮਾਰੀ ਹੈ ਗੋਲੀ ਮੰਗਲ ਸਹਾਇ ਨੂੰ ਵੱਜੀ ਹਨੇਰੀ ਅਤੇ ਕਾਲੀ ਬੋਲੀ ਰਾਜ ਸੀ ਇੰਨਾ ਧਮਾਕਾ ਪਿਆ ਸਾਰੇ ਪੁਲਿਸ ਵਾਲੇ ਥੱਲੇ ਡਿੱਗ ਪਏ ਨੇ ਹਰ ਇੱਕ ਨੂੰ ਇਉਂ ਜਾਪਿਆ ਕਿ ਜਿਵੇਂ ਮੈਨੂੰ ਗੋਲੀ ਵੱਜ ਗਈ ਹੋਵੇ ਗੋਲੀ ਮਾਰਨ ਵਾਲਾ ਕੁਝ ਮਿੰਟ ਰੋਕਣ ਤੋਂ ਬਾਅਦ ਉੱਚੀ ਗਰਜ ਕੇ ਕਹਿੰਦਾ ਬਈ ਆਓ ਜਾ ਰਿਹਾ ਜੇ ਬੱਬਰ ਅਕਾਲੀ ਫੜ ਲਓ ਤਗੜੇ ਹੋ ਕੇ ਪੁਲਿਸ ਕਪਤਾਨ ਨੂੰ ਇਹਨੂੰ ਵੀ ਪਤਾ ਨਹੀਂ ਲੱਗਾ ਇਹ ਬੱਬਰ ਅਕਾਲੀ ਜਾ ਰਿਹਾ ਹੈ ਜਾਂ ਮੇਰਾ ਪੁਲਿਸ ਵਾਲਾ ਕੋਈ ਦਲੇਰ ਬੰਦਾ ਬੱਬਰ ਅਕਾਲੀ ਦੇ ਪਿੱਛੇ ਦੌੜਿਆ ਹੈ ਇਹਨੇ ਨਾਲਦਿਆਂ ਨੂੰ ਆਖਿਆ ਮਰ ਗਏ ਜੇ ਤਗੜੇ ਹੋ ਕੇ ਜਵਾਨ ਦਾ ਸਾਥ ਦਿਓ ਫੜ ਲਓ ਪਰ ਜਿਹੜੇ ਪਾਸੇ ਨੂੰ ਉਹ ਗਿਆ ਸੀ ਉੱਧਰ ਨੂੰ ਇਹਨਾਂ ਨੇ ਕਿੱਥੇ ਜਾਣਾ ਸੀ ਛਾਲਾਂ ਮਾਰਦਾ ਹੋਇਆ ਚਲੇ ਗਿਆ ਭੂਆ ਦਿਆਲੀ ਦੇ ਘਰ ਇਹਨੇ ਆਖਿਆ ਭੂਆ ਜੋ ਅਸੀਂ ਕੰਮ ਕਰਨਾ ਸੀ ਉਹ ਕਰ ਲਿਆ ਹੁਣ ਅਸੀਂ ਚੱਲੇ ਹਾਂ ਅਤੇ ਭੂਆ ਨੇ ਆਖਿਆ ਪੁੱਤ ਆਹ ਜਿਹੜਾ ਡੰਗਰ ਜਿੱਡਾ ਮਾਰ ਕੇ ਮੇਰੇ ਅੰਦਰ ਰੱਖਿਆ ਇਹਨੂੰ ਕਿਸੇ ਬੰਨੇ ਲਾ ਜਾਓ ਚੁੱਕ ਲਿਆ ਰਾਮ ਸਿੰਘ ਨੇ ਇੱਕ ਟੱਠੇ ਹੋਏ ਘਰ ਦੀ ਕੰਧ ਦੇ ਨਾਲ ਲਾ ਕੇ ਬੱਬਰ ਅਕਾਲੀ ਇੱਥੋਂ ਤੁਰਦੇ ਬਣੇ ਨੇ ਗੋਲੀ ਮੰਗਲ ਸਹਾਇ ਨੂੰ ਵੱਜੀ ਉਹ ਮਰ ਗਿਆ ਕਪਤਾਨ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਮੌਤ ਨੱਚ ਉੱਠੀ ਹੈ ਉਹ ਉਤਰਿਆ ਕਾਰ ਦੇ ਵਿੱਚੋਂ ਅਤੇ ਬਿਛਨੇ ਦੇ ਚੁਬਾਰੇ ਵਿੱਚ ਜਾ ਕੇ ਬਹਿ ਗਿਆ ਕਹਿੰਦਾ ਦਿਨ ਚੜ੍ਹੇਗਾ ਫਿਰ ਹੀ ਜਾਵਾਂਗਾ ਹੁਣ ਕਪਤਾਨ ਸਾਹਿਬ ਦਾ ਦੂਸਰਾ ਹੁਕਮ ਸੀ ਵੀ ਅੱਗੇ ਦੇ ਕਿਸੇ ਨੂੰ ਭੁਲੇਖਾ ਸੀ ਹੁਣ ਕੋਈ ਸ਼ੱਕ ਨਹੀਂ ਜੇ ਇਸ ਲਈ ਬੱਬਰਾਂ ਨੇ ਲਿਖਿਆ ਸੀ ਅਸੀਂ ਦੋ ਬੰਦੇ ਮਾਰਨੇ ਹੈ ਇੱਕ ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਭੁੰਨ ਦਿੱਤਾ ਦੂਸਰਾ ਪਤਾ ਨਹੀਂ ਕਿਹੜਾ ਮਾਰ ਦੇਣ ਤਗੜੇ ਹੋ ਕੇ ਪਾ ਲਓ ਪਿੰਡ ਨੂੰ ਘੇਰਾ ਕਰੋ ਘਰਾਂ ਦੀ ਤਲਾਸ਼ੀ ਪਰ ਹੁਣ ਘਰਾਂ ਦੀ ਤਲਾਸ਼ੀ ਕਿੰਨੇ ਕਰਨੀ ਹੈ ਜੇ ਰੂੜੀ ਦਾ ਢੇਰ ਲੱਗਾ ਹੋਇਆ ਉੱਥੇ ਵੀ ਬੱਬਰਾਂ ਦਾ ਜਥਾ ਬੈਠਾ ਨਜ਼ਰ ਆ ਰਿਹਾ ਹੈ ਜੇ ਕਿਸੇ ਬਿਰਸ਼ ਦਾ ਪਰਛਾਵਾਂ ਉੱਥੇ ਵੀ ਬੱਬਰ ਅਕਾਲੀ ਬੈਠੇ ਨਜ਼ਰ ਆ ਰਹੇ ਨੇ
ਕਿਵੇਂ ਬੱਬਰ ਅਕਾਲੀਆਂ ਦੀ ਤਾਂਘ ਅੰਗਰੇਜ਼ ਹਾਕਮ ਪੁਲਿਸ ਕਪਤਾਨ ਦੇ ਦਿਲ ਉੱਤੇ ਬੈਠੀ, ਉਸ ਵੇਲੇ ਦਾ ਵੇਰਵਾ ਇਉਂ ਬਿਆਨ ਕੀਤਾ ਜਾ ਰਿਹਾ ਹੈ। ਗੋਲੀ ਨਾਲ ਪੁੰਨ ਦਿੱਤਾ ਜਾ ਸਹਾਏ ਜੀ, ਬਾਰੀ ਵਿੱਚ ਡਿੱਗਾ ਕਰੇ ਹਾਏ ਹਾਏ ਜੀ, ਬਾਰੀ ਵਿੱਚ ਪਿਆ ਕਰੇ ਹਾਏ ਹਾਏ ਜੀ। ਬੱਬਰਾਂ ਦੀ ਕਿਹੜਾ ਕਰ ਸਕੇ ਰੀਸ ਨੂੰ, ਥਰ ਥਰ ਕੰਬੀ ਜਾਵਦੀ ਪੁਲੀਸ ਨੂੰ, ਥਰ ਥਰ ਕੰਬੀ ਜਾਵਦੀ ਪੁਲੀਸ ਹੈ। ਉਹ ਗੋਲੀ ਨਾਲ ਭੁੰਨ ਦਿੱਤਾ ਜਾ ਸਹਾਏ ਜੀ, ਬਾਰੀ ਵਿੱਚ ਡਿੱਗਾ ਕਰੇ ਹਾਏ ਹਾਏ ਜੀ, ਬਾਰੀ ਵਿੱਚ ਡਿੱਗਾ ਕਰੇ ਹਾਏ ਹਾਏ ਜੀ। ਬੱਬਰਾਂ ਦੀ ਕਿਹੜਾ ਕਰ ਸਕੇ ਰੀਸ ਹੈ, ਥਰ ਥਰ ਕੰਬੀ ਜਾਵਦੀ ਪੁਲੀਸ ਹੈ, ਥਰ ਥਰ ਕੰਬੀ ਜਾਵਦੀ ਪੁਲੀਸ ਹੈ। ਉਹ ਜਾਂਦਾ ਬੱਬਰ ਕਹੇਗਾ ਲਲਕਾਰ ਜੀ, ਸ਼ੇਰ ਵਾਂਗ ਨਰਸ ਗਿਆ ਛਾਲ ਮਾਰ ਜੀ, ਸ਼ੇਰ ਵਾਂਗ ਨੱਠ ਗਿਆ ਛਾਲਾ ਮਾਰ ਜੀ। ਡਰ ਦੇਣਾ ਮੌਤ ਤੂੰ ਗੁਰੂ ਕੇ ਲਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਉਹ ਪੁਲਿਸ ਕਾ ਪਤਾਣ ਚੜ ਗਿਆ ਚਬਾਰੇ ਤੇ, ਦੰਗ ਰਹਿ ਗਿਆ ਉਹ ਬੱਬਰਾਂ ਦੇ ਕਾਰੇ ਤੇ, ਦੰਗ ਰਹਿ ਗਿਆ ਉਹ ਬੱਬਰਾਂ ਦੇ ਕਾਰੇ ਤੇ। ਸਿਰ ਤੇ ਖਲੋਤਾ ਅੱਖੀ ਦਿਸੇ ਕਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਉਹ ਸੋਮਨਾਥ ਮਾਰਿਆ ਜੋ ਗਲਾ ਘੁੱਟ ਕੇ, ਸੋਮਨਾਥ ਮਾਰਿਆ ਜੋ ਗਲਾ ਘੁੱਟ ਕੇ, ਉਸ ਵਾਲੀ ਲਾਸ਼ ਤਾਈਂ ਬਾਹਰ ਸੁੱਟ ਕੇ, ਉਸ ਵਾਲੀ ਲਾਸ਼ ਤਾਈਂ ਬਾਹਰ ਸੁੱਟ ਕੇ। ਉੱਪਰ ਦੀ ਬੰਦੂਕ ਉਹਦੀ ਲੈ ਗਈ ਨਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਇਹ ਜੀ ਬੋਲ ਜਿਹੜੇ ਕੱਢੇ ਪਾਲ ਗਏ ਜ਼ਬਾਨ ਚੋਂ, ਬੋਲ ਜਿਹੜੇ ਕੱਢੇ ਪਾਲ ਕੇ ਵਿਖਾ ਗਏ, ਰਾਤੋ ਰਾਤ ਰਾਣੀਪੁਰੋਂ ਰੇਸ ਲਾ ਗਏ, ਰਾਤੋ ਰਾਤ ਰਾਣੀਪੁਰੋਂ ਰੇਸ ਲਾ ਗਏ। ਦੀ ਪੁਲੀਸ ਪਿੱਛੇ ਰਹਿ ਗਈ ਪਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਉਹ ਮੱਸਿਆ ਦੀ ਰਾਤ ਤਵੇ ਤੋਂ ਵੀ ਕਾਲੀ ਹੈ, ਇਸੇ ਗੱਲੋਂ ਡਰ ਦੀ ਪੁਲੀਸ ਬਾਲੀ ਹੈ, ਇਸ ਗੱਲੋਂ ਡਰ ਦੀ ਪੁਲੀਸ ਬਾਲੀ ਹੈ। ਗੱਲੀ ਪਾਤੀ ਰਹੇ ਸਾਰੇ ਸਮੇਂ ਨੂੰ ਟਾਲ ਹੈ, ਗੱਲੀ ਪਾਤੀ ਰਹੇ ਸਾਰੇ ਸਮੇਂ ਨੂੰ ਟਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਉਹ ਕਾਲੇ ਪਰ ਛਾਵੇਂ ਜੋ ਨਜ਼ਰ ਆਉਂਦੇ ਨੇ, ਉੱਥੇ ਹੀ ਬੱਬਰ ਉਹਨਾਂ ਨੂੰ ਡਰਾਉਂਦੇ ਨੇ, ਉੱਥੋਂ ਹੀ ਬੱਬਰ ਉਹਨਾਂ ਨੂੰ ਡਰਾਉਂਦੇ ਨੇ। ਨਿਆਰੀ ਬੱਬਰਾਂ ਦੀ ਚਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ, ਰਾਣੀਪੁਰ ਕੀਤੀ ਬੱਬਰਾਂ ਕਮਾਲ ਹੈ। ਬੱਬਰ ਅਕਾਲੀ ਰਾਮ ਸਿੰਘ ਤੇ ਧਰਮ ਸਿੰਘ ਰਾਣੀਪੁਰ ਵਿੱਚੋਂ ਪੁਲਿਸ ਵਾਲਾ ਮਾਰ ਕੇ, ਉਹਦੀ ਵਰਦੀ ਅਤੇ ਬੰਦੂਕ ਲੈ ਕੇ ਮੰਗਲ ਸਹਾਇ ਨੂੰ ਮਾਰ ਕੇ ਰਾਤੋ ਰਾਤ ਦਿਨ ਚੜ੍ਹਨ ਤੋਂ ਪਹਿਲਾਂ ਕੋਹਾਂ ਦੂਰ ਚਲੇ ਗਏ ਨੇ। ਇੱਧਰ ਕੁੱਕੜ ਨੇ ਬਾਂਗ ਦਿੱਤੀ, ਬੰਦੇ ਨੂੰ ਬੰਦਾ ਲੱਗਾ ਦਿਸਣ, ਪੁਲਿਸ ਵਾਲਿਆਂ ਦੀ ਜਾਨ ਵਿੱਚ ਜਾਨ ਆਈ, ਲੱਗੇ ਨੇ ਘਰਾਂ ਦੀ ਤਲਾਸ਼ੀ ਲੈਣ। ਇੱਕ ਬੰਦਾ ਉੱਥੇ ਚਲਾ ਗਿਆ ਜਿੱਥੇ ਸ਼੍ਰੀ ਸੋਮਨਾਥ ਜੀ ਪਏ ਹੋਏ ਸਨ, ਸੀਟੀ ਮਾਰ ਦਿੱਤੀ, ਸਾਰੀ ਪੁਲਿਸ ਇਕੱਠੀ ਹੋ ਗਈ ਵੀ ਬੱਬਰਾਂ ਨੇ ਬੰਦਾ ਹੋਰ ਮਾਰ ਦਿੱਤਾ, ਪਰ ਇਹਦੀ ਪਛਾਣ ਨਹੀਂ ਆ ਰਹੀ, ਇਹਦਾ ਲੀੜਾ ਲੱਤਾ ਕੋਈ ਨਹੀਂ, ਕੇਵਲ ਇਹਦੇ ਤੇੜ ਇੱਕ ਕੱਛਾ ਹੈ। ਇੱਕ ਥਾਣੇਦਾਰ ਰਣਬੀਰ ਸਿੰਘ ਨੇ ਇਹਦੀ ਬਾਂਹ ਨੂੰ ਚੁੱਕ ਕੇ ਵੇਖਿਆ, ਹਿੰਦੀ ਭਾਸ਼ਾ ਵਿੱਚ ਇਸ ਬੰਦੇ ਨੇ ਆਪਣਾ ਨਾਮ ਸ਼੍ਰੀ ਸੋਮਨਾਥ ਪਵਾਇਆ ਹੋਇਆ ਸੀ। ਰਣਬੀਰ ਸਿੰਘ ਨੇ ਆਖਿਆ ਬੰਦਾ ਬਗਾਨਾ ਨਹੀਂ, ਇਹ ਆਪਣੀ ਪੁਲਿਸ ਵਾਲਿਆਂ ਦਾ ਬੰਦਾ ਮਾਰਿਆ ਗਿਆ, ਇਹਦਾ ਨਾਂ ਹੈ ਸੋਮਨਾਥ। ਕਪਤਾਨ ਸਾਹਿਬ ਨੇ
ਮੂੰਹ ਵਿੱਚ ਕਲਮ ਪਾ ਕੇ ਸਿਰ ਹਿਲਾ ਕੇ ਆਖਿਆ, ਜੇ ਬੰਦਾ ਆਪਣਾ ਸੋਮਨਾਥ ਹੈ ਫਿਰ ਇਹਦੇ ਵਾਲੀ ਵਰਦੀ ਨੇ ਮੰਗਲ ਸਹਾਇ ਦੀ ਜਾਨ ਲੈ ਲਈ ਹੈ। ਆਇਆ ਬੱਬਰਾਂ ਨੂੰ ਫੜਨ ਅਤੇ ਆਪਣੇ ਦੋ ਬੰਦੇ ਮਰਵਾ ਕੇ ਤੁਰਦਾ ਹੋਇਆ ਪੁਲਿਸ ਕਪਤਾਨ ਜਿਹੜਾ ਇੱਥੋਂ ਤੁਰਦਾ ਬਣਿਆ। ਇਹ ਹਨ 1922 ਦੇ ਦੇਸ਼ ਭਗਤ ਬੱਬਰ ਅਕਾਲੀਆਂ ਦੇ ਕਾਰਨਾਮੇ। ਦੁਆਬਾ ਸਾਰਾ ਹੀ ਦੇਸ਼ ਭਗਤ ਬੱਬਰ ਅਕਾਲੀਆਂ ਦੇ ਸ਼ਹੀਦੀਆਂ ਦੇ ਨਾਲ ਸਾਕੀਆਂ ਦੇ ਨਾਲ ਭਰਿਆ ਹੋਇਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਧਾਮੀਆਂ ਪਿੰਡ ਵੇਖਿਆ ਜਾਏ, 7 ਬੱਬਰ ਅਕਾਲੀ ਇਕੱਲੇ ਪਿੰਡ ਨੇ ਪੈਦਾ ਕੀਤੇ ਸਨ। ਸਾਰਿਆਂ ਤੋਂ ਪਹਿਲਾਂ ਲੱਖਾ ਸਿੰਘ ਬੱਬਰ ਅਕਾਲੀ ਉੱਥੋਂ ਦਾ ਹੋਇਆ। ਇਸੇ ਤਰ੍ਹਾਂ ਬੰਤਾ ਸਿੰਘ, ਸੰਤਾ ਸਿੰਘ, ਦਲੀਪ ਸਿੰਘ, ਅਜਾਗਰ ਸਿੰਘ, ਭੋਲਾ ਸਿੰਘ, ਪਿਆਰਾ ਸਿੰਘ, ਜਾਣੀਆਂ 7 ਬੱਬਰ ਹੁਸ਼ਿਆਰਪੁਰ ਦੇ ਜ਼ਿਲ੍ਹੇ ਪਿੰਡ ਧਾਮੀਆਂ ਨੇ ਪੈਦਾ ਕੀਤੇ ਸਨ। ਪੁਲਿਸ ਹਰਕਤ ਵਿੱਚ ਆਈ ਹੋਈ ਸੀ, ਬਹੁਤ ਸਾਰੇ ਗਦਾਰ ਇੱਥੋਂ ਦੇ ਬੱਬਰ ਅਕਾਲੀ ਬੰਤਾ ਸਿੰਘ ਅਤੇ ਸੰਤਾ ਸਿੰਘ ਨੇ ਮਾਰ ਦਿੱਤੇ ਸਨ। ਸਰਕਾਰ ਨੇ ਇੱਥੋਂ ਦੇ ਨੰਬਰਦਾਰ ਨੂੰ ਖਰੀਦ ਲਿਆ, ਆਖਿਆ ਵੇਖੋ ਨੰਬਰਦਾਰ, ਤੇਰੇ ਪਿੰਡ ਵਾਲੇ ਬੱਬਰਾਂ ਵਿੱਚੋਂ ਜੇ ਕਿਤੇ ਇੱਕ ਵੀ ਬੰਦਾ ਪਕੜਾ ਦੇ ਤੈਨੂੰ ਲੈਲਪੁਰ ਦੀ ਬਾਹਰ ਦੇ ਮਰੱਬੇ ਦਿੱਤੇ ਜਾਣਗੇ। ਤਾਰਾ ਸਿੰਘ ਨੰਬਰਦਾਰ ਇੰਨਾ ਹਲਕਾ ਹੋਇਆ, ਲੱਗਾ ਉਹ ਨਿਗਾਹ ਰੱਖਣ ਕਿਹੜਾ ਟਾਈਮ ਆਵੇ, ਪਤਾ ਲੱਗੇ ਕਿ ਬੱਬਰ ਅਕਾਲੀ ਸੰਤਾ ਸਿੰਘ ਪਿੰਡ ਵਿੱਚ ਆਏ ਜਾਂ ਕੋਈ ਵੀ ਬੱਬਰ ਆਵੇ, ਮੈਂ ਥਾਣਿਓਂ ਪੁਲਿਸ ਲਿਆ ਕੇ ਉਹਨੂੰ ਪੜਾ ਕੇ ਲੈਲਪੁਰ ਦੀ ਬਾਹਰ ਦੇ ਮਰੱਬੇ ਲੈ ਲਵਾਂ। ਪਰ ਜਦੋਂ ਸਰਕਾਰਾਂ ਦਾ ਡੰਗ ਤੇਜ਼ ਹੋਵੇ ਉਦੋਂ ਬੱਬਰਾਂ ਨੇ ਆਪਣੇ ਘਰਾਂ ਵਿੱਚ ਕੀ ਰਹਿਣਾ ਹੈ। ਇਤਿਹਾਸ ਵਿੱਚ ਚਾਹੁੰਦਾ ਹੈ ਕਿ ਬੱਬਰਾਂ ਦੇ ਪਰਿਵਾਰ ਵੀ ਆਪਣੇ ਘਰਾਂ ਤੋਂ ਗਾਇਬ ਹੋ ਚੁੱਕੇ ਸਨ। ਔਰਤ ਜਾਤੀ ਦਾ ਹਮੇਸ਼ਾ ਘਰ ਦੇ ਨਾਲ ਮੋਹ ਹੁੰਦਾ ਹੈ। ਕਦੇ ਕਦੇ ਬੱਬਰ ਅਕਾਲੀ ਸੰਤਾ ਸਿੰਘ ਦੀ ਧਰਮ ਪਤਨੀ ਬੀਬੀ ਤੇਜ ਕੌਰ ਆਪਣੇ ਘਰ ਵਿੱਚ ਆ ਜਾਇਆ ਕਰਦੀ ਸੀ। ਇੱਕ ਦਿਨ ਅਚਾਨਕ ਵਿਚਾਰੀ ਤੇਜ ਕੌਰ ਆਪਣੇ ਘਰ ਵਿੱਚ ਆਈ, ਪਤਾ ਲੱਗਾ ਪਿੰਡ ਦੇ ਨੰਬਰਦਾਰ ਨੂੰ, ਚੜਿਆ ਘੋੜੀ 'ਤੇ ਗਿਆ ਥਾਣੇ। ਮੁਸਲਮਾਨ ਥਾਣੇਦਾਰ ਮੀਆਂ ਇਸਮਾਇਲ ਖਾਨ ਨੂੰ ਕਹਿਣ ਲੱਗਾ, ਜਨਾਬ ਅੱਜ ਰਾਤ ਦਾ ਬੱਬਰ ਅਕਾਲੀ ਸੰਤਾ ਸਿੰਘ ਪਿੰਡ ਵਿੱਚ ਉਤਰਿਆ ਹੋਇਆ, ਜੇ ਪਿੰਡ ਨੂੰ ਘੇਰਾ ਪਾ ਕੇ ਘਰਾਂ ਦੀ ਤਲਾਸੀ ਕਰੋ, ਬੱਬਰ ਅਕਾਲੀ ਸੰਤਾ ਸਿੰਘ ਪਕੜਿਆ ਜਾਏਗਾ। ਜਿਵੇਂ ਥਾਣੇ ਜਾ ਕੇ ਪਿੰਡ ਦੇ ਨੰਬਰਦਾਰ ਨੇ ਪੁਲਿਸ ਨੂੰ ਪਿੰਡ ਨੂੰ ਘੇਰਾ ਪਾਉਣ ਲਈ ਬੇਨਤੀ ਕੀਤੀ, ਸੰਤਾ ਸਿੰਘ ਜਿਹੜਾ ਪਿੰਡ ਵਿੱਚ ਆਇਆ ਹੈ ਫਰਾਉਣੀ ਉਹਦੀ ਧਰਮ ਪਤਨੀ ਤੇਜ ਕੌਰ ਹੈ, ਉਸ ਵੇਲੇ ਦਾ ਵੇਰਵਾ ਇਉਂ ਪੇਸ਼ ਕੀਤਾ ਜਾ ਰਿਹਾ। ਵੇਖੋ ਪਾਪੀ ਤਾਰਾ ਲੰਬੜ ਥਾਣੇ ਜਾ ਕੇ ਕਹਿਣ ਲੱਗਾ, ਲਾਲਚ ਪਿੱਛੇ ਡੋਲ ਗਿਆ ਮਨ, ਲੋਭਨ ਦੀ ਵਿੱਚ ਵਹਿਣ ਲੱਗਾ। ਓ ਜੇ ਸਰਕਾਰ ਸੁਣੇ ਗੱਲ ਮੇਰੀ, ਅੱਖੀ ਚੱਲ ਵਖਾਵਾਂ ਮੈਂ, ਬੱਬਰ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ। ਓ ਪਾਪੀ ਤਾਰਾ ਲੰਬੜ ਥਾਣੇ ਜਾ ਕੇ ਕਹਿਣ ਲੱਗਾ, ਲਾਲਚ ਪਿੱਛੇ ਡੋਲ ਗਿਆ ਮਨ, ਲੋਭਨ ਦੀ ਵਿੱਚ ਵਹਿਣ ਲੱਗਾ। ਜੇ ਸਰਕਾਰ ਸੁਣੇ ਗੱਲ ਮੇਰੀ, ਅੱਖੀ ਚੱਲ ਵਖਾਵਾਂ ਮੈਂ, ਬੱਬਰ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ। ਪਿੰਡ ਦੇ 7 ਬੰਦੇ ਪੱਕੇ ਬੱਬਰ ਬਣ ਗਏ ਨੇ, ਕਿਸ਼ਨ ਸਿੰਘ ਦੇ ਆਖਣ ਉੱਤੇ ਮੌਤ ਦਿਸਾਵੇਂ ਤਣ ਗਏ ਨੇ। ਉਹ ਬਣਤਾ ਸਣਤਾ ਯਾਗਰ ਭੋਲਾ ਹੋਰ ਵੀ ਨਾਂ ਲਖਵਾਵਾਂ ਮੈਂ, ਬੱਬਰ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ। ਦਿਲ ਲਕਾਰਨ ਸਾਨੂੰ, ਦਿਨ ਦੀਵੀ ਲਲਕਾਰਨ ਸਾਨੂੰ, ਕਹਿੰਦੇ ਟੋਟ ਨਾ ਛੱਡਾਂਗੇ, ਜੋ ਵੀ ਦੇਸ਼ ਨਾ ਕਰੇ ਗਦਾਰੀ ਸਣ ਪਰਿਵਾਰਾਂ ਵੱਡਾਂਗੇ। ਐਸੀਆਂ ਗੱਲਾਂ ਸੁਣ ਕੇ ਡਰਦਾ ਰਾਜ ਨਾ ਰੋਟੀ ਖਾਵਾਂ ਮੈਂ, ਬੱਬਰੀ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ। ਮੰਗਲ ਸ਼ਾਮਾ ਪਿੰਡ ਦੇ ਉਸਨੇ ਬੂਟਾ ਸਿੰਘ ਨੂੰ ਮਾਰ ਦਿੱਤਾ, ਨਾਲ ਉਸ ਦੇ ਹੋਰਤ ਨਾਂ ਨੂੰ ਉਸਨੇ ਗੱਡੀ ਚਾੜ ਦਿੱਤਾ। ਸੱਚ ਪੁੱਛੋ ਤਾਂ ਉਸ ਤੋਂ ਡਰਦਾ ਲੁਕ ਕੇ ਝੱਟ ਟਪਾਵਾਂ ਮੈਂ, ਬੱਬਰ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ। ਅੱਜ ਸਵੇਰੇ ਮੂੰਹ ਹਨੇਰੇ ਘਰ ਆਪਣੇ ਵਿੱਚ ਆਇਆ, ਜੇ ਮੈਂ ਤਾਂ ਤੁਹਾਨੂੰ ਦੱਸਣ ਬਦਲੇ
ਉੱਠ ਠਾਣੇ ਵੱਲ ਤਾਇਆ ਜੇ ਦਰਦ ਥਰ ਥਰ ਕੰਬਦਾ ਫਿਰਦਾ ਵੇਖ ਉਹਦਾ ਪਰਛਾਵਾਂ ਮੈਂ ਉਹ ਵੇਖ ਉਹਦਾ ਪਰਛਾਵਾਂ ਮੈਂ ਬੱਬਰੇ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ ਉੱਠੋ ਜਲਦੀ ਕਰੋ ਤਿਆਰੀ ਪਿੰਡ ਨੂੰ ਪਾਲੋ ਘੇਰਾ ਜੀ ਸਾਰੇ ਪਿੰਡ ਦੀ ਕਰੋ ਤਲਾਸ਼ੀ ਕਰੜਾ ਕਰ ਕੀ ਜੇਰਾ ਜੀ ਜਰਨੈਲ ਸਿੰਘਾਰੇ ਮਿਲਨ ਮਰਬੇ ਜਰਨੈਲ ਸਿੰਘਾਰੇ ਮਿਲਨ ਮਰਬੇ ਬੈਠਾ ਐ ਸ਼ੀ ਅਡਾਵਾਂ ਮੈਂ ਬੱਬਰੀ ਅਕਾਲੀ ਸੰਤਾ ਸਿੰਘ ਨੂੰ ਹੁਣੇ ਚੱਲੋ ਪਕੜਾਵਾਂ ਮੈਂ ਪਿੰਡ ਦੇ ਨੰਬਰਦਾਰ ਤਾਰਾ ਸਿੰਘ ਨੇ ਥਾਣੇ ਜਾ ਕੇ ਚੁਗਲੀ ਮਾਰੀ ਪੁਲਿਸ ਚਾੜ ਕੇ ਲੈ ਆ ਪਾ ਲਿਆ ਪਿੰਡ ਨੂੰ ਘੇਰਾ ਜਦੋਂ ਸੱਤਾਂ ਬੱਬਰ ਅਕਾਲੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇੱਕ ਵੀ ਬੰਦਾ ਨਾ ਫੜਿਆ ਗਿਆ ਮੱਥੇ 'ਤੇ ਵੱਟ ਪਾ ਕੇ ਮਿਰਜ਼ਾ ਇਸਮਾਇਲ ਖਾਂ ਥਾਣੇਦਾਰ ਨੇ ਆਖਿਆ ਨੰਬਰਦਾਰਾ ਐਵੇਂ ਥਾਣੇ ਜਾ ਕੇ ਭੌਂਕਦਾ ਰਿਹਾ ਕਿਹੜਾ ਬੱਬਰ ਅਕਾਲੀ ਪਿੰਡ ਵਿੱਚ ਆਇਆ ਹੈ ਸੱਤਾਂ ਘਰਾਂ ਬੱਬਰ ਅਕਾਲੀਆਂ ਦਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਇੱਕ ਮਾਮੂਲੀ ਅਤੇ ਛੋਟਾ ਜਿਹਾ ਉਸ ਯੁੱਗ ਵਿੱਚ ਪਿੰਡ ਸੀ ਧਾਮੀਆਂ ਸੱਤਾਂ ਘਰਾਂ ਨੂੰ ਜਦੋਂ ਅੱਗ ਲੱਗੀ ਹੋਵੇਗੀ ਕਾਲੇ ਬੱਦਲਾਂ ਦੀ ਤਰ੍ਹਾਂ ਧੂੰਏ ਦਾ ਪਰਛਾਵਾਂ ਸਾਰੇ ਪਿੰਡ ਉੱਤੇ ਪੈ ਰਿਹਾ ਲੋਕ ਤਰਾਸ ਤਰਾਸ ਕਰ ਰਹੇ ਸਨ ਕਿੰਨਾ ਜ਼ਾਲਮ ਹੈ ਸਾਡੇ ਪਿੰਡ ਦਾ ਨੰਬਰਦਾਰ ਆਪਣੇ ਵੀਰ ਅਤੇ ਦੇਸ਼ ਭਗਤਾਂ ਦਾ ਲਹੂ ਪੀਣ ਉੱਤੇ ਤੁਲ ਗਿਆ ਹੈ ਥਾਣੇਦਾਰ ਨੇ ਜਦੋਂ ਮੱਥੇ 'ਤੇ ਵੱਟ ਪਾ ਕੇ ਆਖਿਆ ਨੰਬਰਦਾਰਾ ਸੱਤਾਂ ਘਰਾਂ ਦੀ ਤਲਾਸ਼ੀ ਲਈ ਗਈ ਕੋਈ ਵੀ ਬੱਬਰ ਕਾਲੀ ਨਹੀਂ ਫੜਿਆ ਗਿਆ ਕਿੱਥੇ ਸੰਤਾ ਸਿੰਘ ਐਵੇਂ ਤੂੰ ਝੂਠ ਬੋਲਦਾ ਰਿਹਾ ਨੰਬਰਦਾਰ ਨੇ ਆਖਿਆ ਜਨਾਬ ਮੇਰਾ ਕਿਆ ਹੋਇਆ ਕਦੇ ਗਲਤ ਨਹੀਂ ਹੋਇਆ ਤਾਬੋ ਤੇਲਣ ਦੇ ਘਰ ਦੀ ਤਲਾਸ਼ੀ ਕੀਤੀ ਜਾਏ ਮੈਨੂੰ ਸ਼ੱਕ ਹੈ ਕਿ ਬੱਬਰ ਕਾਲੀ ਸੰਤਾ ਸਿੰਘ ਉਹਦੇ ਘਰ ਵਿੱਚ ਲੁਕਿਆ ਹੋਵੇਗਾ ਯਾਦ ਰੱਖੋ ਤਾਬੋ ਨਾਂ ਦੀ ਤੇਲਣ ਜਿਹਦਾ ਕੋਈ ਵੀ ਧੀ ਪੁੱਤ ਨਹੀਂ ਬਿਰਧ ਬੁਰੜੀ ਹੈ ਕਾਰਨ ਹੈ ਕਿ ਕਦੇ ਕਦੇ ਬੀਬੀ ਤੇਜ ਕੌਰ ਇਹਦੇ ਘਰ ਵਿੱਚ ਰਾਤ ਕੱਟ ਲਿਆ ਕਰਦੀ ਸੀ ਜਦੋਂ ਇਹਦੇ ਘਰ ਨੂੰ ਪਾਇਆ ਘੇਰਾ ਘਰ ਦੀ ਤਲਾਸ਼ੀ ਲੈਣ ਵਾਸਤੇ ਪੁਲਿਸ ਗਈ ਇਸ ਬੁਰੜੀ ਨੇ ਹੱਥ ਜੋੜ ਕੇ ਆਖਿਆ ਥਾਣੇਦਾਰਾ ਮੇਰਾ ਕੋਈ ਵੀ ਧੀ ਪੁੱਤ ਨਹੀਂ ਮੈਂ ਔਂਤਰੀ ਨਖੱਤੀ ਹਾਂ ਮੇਰੇ ਘਰ ਵਿੱਚ ਕੋਈ ਨਹੀਂ ਪਰ ਕਹਿੰਦੇ ਨੇ ਕਿ ਜਦੋਂ ਕੁੰਡਾ ਖੋਲ੍ਹ ਕੇ ਇਹਦੇ ਮਕਾਨ ਦੀ ਤਲਾਸ਼ੀ ਲਈ ਗਈ 21-22 ਸਾਲ ਦੀ ਨੌਜਵਾਨ ਬੀਬੀ ਤੇਜ ਕੌਰ ਜਿਹੜੀ ਹੈ ਪੁਲਿਸ ਵਾਲਿਆਂ ਦੇ ਹੱਥ ਵਿੱਚ ਆ ਗਈ ਹੈ ਨਿਰਦਈ ਥਾਣੇਦਾਰ ਨੇ ਸੱਥ ਵਿੱਚ ਲਿਆ ਕੇ ਉਹਦੇ ਮੋਹਰਾਂ ਵਿੱਚ ਡਾਂਗਾਂ ਮਾਰੀਆਂ ਮੂੰਹ ਥਾਣੀ ਖੂਨ ਦੇ ਪਨਾਲੇ ਚੱਲ ਪਏ ਨੇ ਵਾਰਸ ਕਹਿੰਦਾ ਵਾਰਸ ਸ਼ਾਹ ਨਾ ਪੇਰ ਸੰਦੂਕ ਖੁੱਲ੍ਹੇ ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਏ ਕਬੀਰ ਜੀ ਕਹਿੰਦੇ ਨੇ ਕਬੀਰ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਆਜ਼ਾਦੀ ਦਾ ਇਤਿਹਾਸ ਪੜਿਆ ਜਾਏਗਾ ਬੀਬੀ ਤੇਜ ਕੌਰ ਨੇ ਆਪਣੀ ਜਾਨ ਉੱਤੇ ਸਭ ਕੁਝ ਝੱਲ ਲਿਆ ਪਰ ਨਹੀਂ ਦੱਸਿਆ ਸਰਕਾਰੀ ਬੰਦਿਆਂ ਨੂੰ ਉਹਨੂੰ ਅਧਮੋਇਆ ਕਰਕੇ ਉਹਦੇ ਘਰ ਵੀ ਸੁੱਟ ਕੇ ਪੁਲਿਸ ਵਾਲੇ ਚਲੇ ਗਏ ਨੇ ਜਦੋਂ ਐਸਾ ਸਮਾਂ ਆਵੇ ਲੋਕ ਡਰਦੇ ਲਾਗੇ ਨਹੀਂ ਆਇਆ ਕਰਦੇ ਪਰ ਕਹਿੰਦੇ ਨੇ ਇਹੋ ਬੁਰੜੀ ਤੇਲਣ ਇਹਦੇ ਮੂੰਹ ਵਿੱਚ ਆ ਕੇ ਪਾਣੀ ਪਾਉਂਦੀ ਹੈ ਜਦੋਂ ਸੁਰਤ ਆਉਂਦੀ ਹੈ ਨੇਤਰ ਖੁੱਲ੍ਹਦੇ ਨੇ ਮਨ ਭਰਦਾ ਕਹਿੰਦੀ ਮਾਂ ਮੈਂ ਮਰ ਜਾਵਾਂਗੀ ਪਰ ਮੇਰਾ ਦਿਲ ਕਰਦਾ ਹੈ ਦੁਨੀਆ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਦੇਸ਼ ਭਗਤ ਮਾਲਕ ਦੇ ਦਰਸ਼ਨ ਕਰ ਲਵਾਂ 22 ਦਿਨ ਜ਼ਿੰਦਗੀ ਮੌਤ ਦਾ ਕੋਲ ਹੁੰਦਾ ਰਿਹਾ ਦਿਆਲਪੁਰੇ ਦੀ ਰੱਖ ਵਿੱਚ ਬੈਠੇ ਹੋਏ ਬੱਬਰ ਅਕਾਲੀ ਸੰਤਾ ਸਿੰਘ ਨੂੰ ਖਬਰਾਂ ਮਿਲੀਆਂ 22 ਦਿਨਾਂ ਬਾਅਦ ਹਨੇਰੇ ਹੋਏ ਟੱਠੀਆਂ ਘਰਾਂ ਦੀ ਕੰਧ ਟੱਪ ਕੇ ਬੱਬਰ ਅਕਾਲੀ ਸੰਤਾ ਸਿੰਘ ਆਪਣੇ ਘਰ ਵਿੱਚ ਗਿਆ ਆਵਾਜ਼ ਮਾਰ ਕੇ ਆਖਿਆ ਤੇਜ ਕੌਰੇ ਮੈਂ ਆ ਗਿਆ ਹਾਂ ਪਰ ਕਹਿੰਦੇ ਨੇ ਨੇਤਰਾਂ 'ਚੋਂ ਹੰਝੂ ਵਹਿ ਤੁਰੇ ਨੇ ਜ਼ਬਾਨ ਬੰਦ ਸੀ ਦਰਸ਼ਨ ਕਰਕੇ ਤੇਜ ਕੌਰ ਦਾ ਪੌਰ ਅਡਾਰੀ ਲਾ ਗਿਆ ਜੋ ਕੁਝ ਵਿਚਾਰੀ ਤੇਜ ਕੌਰ ਨਾਲ ਬੀਤੀ ਗਵਾਂਢਣ ਬੁਰੜੀ ਤਾਬੋ ਤੇਲਣ ਨੇ ਜਿਸ ਕਦਰ ਬੱਬਰ ਅਕਾਲੀ ਸੰਤਾ ਸਿੰਘ ਨੂੰ ਦੱਸਿਆ ਉਸ ਵੇਲੇ ਦਾ ਸੀਨ ਇਉਂ ਪੇਸ਼ ਕੀਤਾ ਜਾ ਰਿਹਾ ਹੈ ਤਾਬੋ ਆਖਦੀ ਦੱਸਾਂ ਕੀ ਦਰਦ ਗਾਥਾ ਤਾਬੋ ਆਖਦੀ ਦੱਸਾਂ ਕੀ ਦਰਦ ਗਾਥਾ ਤੇਜ ਕੌਰ ਜੋ ਦੁੱਖ ਸਹਾਰ ਗਈ ਹੈ ਅਣਖ ਦੀ ਧਰਮ ਤੋਂ ਨਹੀਂ ਡੋਲੀ ਪੁਤਲੀ ਅਣਖ ਦੀ ਧਰਮ ਤੋਂ ਨਹੀਂ ਡੋਲੀ ਹੱਸ ਹੱਸ ਕੇ ਜਿੰਦੜੀ ਵਾਰ ਗਈ ਹੈ
ਉਹ ਤਾਬੋ ਆਖਦੀ ਦੱਸਾਂ ਕੀ ਦਰਦ ਗਾਥਾ, ਤਾਬੋ ਆਖਦੀ ਦੱਸਾਂ ਕੀ ਦਰਦ ਗਾਥਾ, ਤੇਜ ਕੌਰ ਜੋ ਦੁੱਖ ਸਹਾਰ ਗਈ ਹੈ। ਉਹ ਪੁਤਲੀ ਅਣਖ ਦੀ ਧਰਮ ਤੋਂ ਨਹੀਂ ਡੋਲੀ, ਪੁਤਲੀ ਅਣਖ ਦੀ ਧਰਮ ਤੋਂ ਨਹੀਂ ਡੋਲੀ, ਹੱਸ ਹੱਸ ਕੇ ਜਿੰਦੜੀ ਵਾਰ ਗਈਆਂ। ਉਹ ਸਾਹਿਬ ਕੌਰ ਦੀ ਪੁੱਤਰੀ ਵੈਰੀਆਂ ਨੂੰ, ਸਾਹਿਬ ਕੌਰ ਦੀ ਪੁੱਤਰੀ ਵੈਰੀਆਂ ਨੂੰ, ਜਾਣ ਤਲੀ ਤੇ ਧਾਰ ਲੱਲ ਕਾਰ ਗਈ ਹੈ। ਉਹ ਦੇਸ਼ ਭਗਤੀ ਦੇ ਮਾਰਗ ਤੇ ਉਹ ਤੁਰ ਕੇ, ਦੇਸ਼ ਭਗਤੀ ਦੇ ਮਾਰਗ ਤੇ ਉਹ ਤੁਰ ਕੇ, ਮੈਲ ਧਰਮੇ ਦਾ ਨਵਾਂ ਸਾਰ ਗਈਆਂ। ਜਿੰਨਾ ਬੀਬੀਆਂ ਮੰਨੂ ਦੇ ਦੁੱਖ ਛੱਲੇ, ਜਿੰਨਾ ਬੀਬੀਆਂ ਮੰਨੂ ਦੇ ਦੁੱਖ ਛੱਲੇ, ਖੜ ਉਹਨਾਂ ਦੀ ਵਿੱਚ ਕਤਾਰ ਗਈ ਹੈ। ਵਾਸਤੇ ਯਾਦ ਇਤੀ ਹਾਸ ਰੱਖੂ, ਸਦਾ ਵਾਸਤੇ ਯਾਦ ਇਤੀ ਹਾਸ ਰੱਖੂ, ਜਿਹੜਾ ਦੇਸ਼ ਨਾ ਕਰ ਉਪਕਾਰ ਗਈਆਂ। ਉਹ ਬਾਈ ਦੇਣੇ ਉਹ ਪਈ ਬੇਹੋਸ਼ ਰਹੀ ਸੀ, ਬਾਈ ਦੇਣੇ ਉਹ ਪਈ ਬੇਹੋਸ਼ ਰਹੀ ਸੀ, ਪਾਣੀ ਉਸ ਦੇ ਮੂੰਹ ਮੈਂ ਪਾਵਦੀ ਰਹੀ। ਉਹ ਤੇਰੇ ਬੱਬੇ ਦਾ ਦਰਸ਼ ਨੂੰ ਤਰਸਦੀ ਰਹੀ, ਤੇਰੇ ਬੱਬੇ ਦਾ ਦਰਸ਼ ਨੂੰ ਤਰਸਦੀ ਰਹੀ, ਹੋਸ਼ ਜਦੋਂ ਵੀ ਉਸ ਨੂੰ ਆਵਦੀ ਰਹੀ, ਹੋਸ਼ ਉਸ ਨੂੰ ਜਦੋਂ ਵੀ ਆਵਦੀ ਰਹੀ। ਆਪਣੀ ਧਰਮ ਪਤਨੀ ਉੱਤੇ ਬੀਤੀ ਹੋਈ ਦਰਦ ਕਹਾਣੀ ਸੁਣ ਕੇ ਬੱਬਰ ਅਕਾਲੀ ਸੰਤਾ ਸਿੰਘ ਦਾ ਮਨ ਭਰ ਆਇਆ। ਕਹਿੰਦਾ ਅਫਸੋਸ, ਮੇਰਾ ਹਿੰਦੁਸਤਾਨ ਗੁਲਾਮ ਹੈ, ਜੇ ਮੇਰਾ ਭਾਰਤ ਆਜ਼ਾਦ ਹੁੰਦਾ ਸ਼ਹੀਦ ਤੇਜ ਕੌਰ ਜਿੰਦਾਬਾਦ ਦੇ ਨਾਰੇ ਲੱਗਦੇ। ਪਿੰਡ ਵਾਲਿਆਂ ਨੂੰ ਇਕੱਠਿਆਂ ਕਰਕੇ ਕਹਿੰਦਾ, ਪਿੰਡ ਵਾਲਿਓ ਤੇਜ ਕੌਰ ਦੇ ਮਾਪਿਆਂ ਨੂੰ ਸੱਦ ਲੈਣਾ, ਕੱਲ੍ਹ ਨੂੰ ਠੀਕ ਦਿਨ ਦੇ 12 ਵਜੇ ਇਹਦਾ ਸੇਵਾ ਤਿਆਰ ਕਰ ਦੇਣਾ, ਬਾਲਣ ਮੜੀਆਂ ਵਿੱਚ ਲੈ ਜਾਣਾ। ਮੈਂ ਪ੍ਰਣ ਕਰਦਾ ਹਾਂ, ਭੇਸ ਬਦਲ ਕੇ ਪਹੁੰਚਾਂਗਾ ਅਤੇ ਆਪਣੀ ਤੇਜ ਕੌਰ ਦਾ ਆਪਣਿਆਂ ਹੱਥਾਂ ਨਾਲ ਸੰਸਕਾਰ ਕਰਾਂਗਾ। ਕਹਿੰਦੇ ਨੇ ਅਗਲੇ ਦਿਨ ਦੇ ਠੀਕ 12 ਵੱਜ ਚੁੱਕੇ ਨੇ, ਮੜੀਆਂ ਵਿੱਚ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਹੋਇਆ। ਸ਼ਹੀਦ ਤੇਜ ਕੌਰ ਦਾ ਆਖਰੀ ਇਸ਼ਨਾਨ ਕਰਾਇਆ ਗਿਆ। ਮਰੀ ਧੀ ਨੂੰ ਵੇਖ ਕੇ ਤੇਜ ਕੌਰ ਦੀ ਮਾਂ ਗਸ਼ਾਂ ਖਾ ਖਾ ਕੇ ਡਿੱਗ ਰਹੀ ਸੀ। ਤੇਜ ਕੌਰ ਦੀਆਂ ਭੈਣਾਂ ਜੋ ਹੱਥੜਾਂ ਮਾਰ ਮਾਰ ਕੇ ਪਿੱਟ ਰਹੀਆਂ ਸਨ, ਆਖਿਰਕਾਰ ਸ਼ਮਸ਼ਾਨ ਘਾਟ ਵਿੱਚ ਲਿਆਂਦਾ ਗਿਆ ਸ਼ਹੀਦ ਬੀਬੀ ਤੇਜ ਕੌਰ ਦੇ ਸਰੀਰ ਨੂੰ। ਕਹਿੰਦੇ ਨੇ ਕਿ 90 ਸਾਲ ਦੇ ਬਜ਼ੁਰਗਾਂ ਤੋਂ ਲੈ ਕੇ ਦੁੱਧ ਚੁੰਘਦੇ ਬੱਚਿਆਂ ਤੱਕ ਸਾਰਾ ਪਿੰਡ ਧਾਮੀਆਂ ਪਿੰਡ ਦੀਆਂ ਮੜੀਆਂ ਵਿੱਚ ਇਕੱਠਾ ਹੋਇਆ ਹੈ। ਪਰ ਨਹੀਂ, ਅਤੇ ਇਹਨਾਂ ਵਿੱਚ ਨੰਬਰਦਾਰ ਤਾਰਾ ਸਿੰਘ ਨਹੀਂ, ਉਹ ਪੁਲਿਸ ਲੈਣ ਵਾਸਤੇ ਗਿਆ ਹੋਇਆ ਸੀ। ਉਹਨੇ ਸਾਰੀ ਡਾਇਰੀ ਦਿੱਤੀ, ਆਖਿਆ ਥਾਣੇਦਾਰਾ ਅੱਜ ਦਿਨ ਦੇ 12 ਵਜੇ ਤੇਜ ਕੌਰ ਦਾ ਸੰਸਕਾਰ ਹੋ ਰਿਹਾ, ਮੈਨੂੰ ਪਤਾ ਲੱਗਾ ਕਿ ਉਹਦੀ ਚਿਖਾ ਨੂੰ ਲਾਂਬੂ ਲਾਉਣ ਵਾਸਤੇ ਬੱਬਰ ਅਕਾਲੀ ਸੰਤਾ ਸਿੰਘ ਉੱਥੇ ਪਹੁੰਚ ਰਿਹਾ। ਵਾਕਿਆ ਹੋਇਆ ਇਵੇਂ, ਪੁਲਿਸ ਆਉਣ ਤੋਂ ਪਹਿਲਾਂ ਜਦੋਂ 12 ਵੱਜ ਗਏ, ਸ਼ਹੀਦ ਤੇਜ ਕੌਰ ਦੇ ਪਿਤਾ ਨੇ ਗ੍ਰੰਥੀ ਨੂੰ ਆਖਿਆ, ਭਾਈ ਜੀ ਤੁਸੀਂ ਅਰਦਾਸ ਕਰੋ, ਸਮਾਂ ਬੜਾ ਭਿਆਨਕ ਹੈ, ਜੇ ਸੰਤਾ ਸਿੰਘ ਨਹੀਂ ਪਹੁੰਚ ਸਕਿਆ ਮੈਂ ਆਪਣੀ ਧੀ ਦੀ ਚਿਖਾ ਨੂੰ ਲਾਂਬੂ ਲਾਉਣਾ ਹਾਂ। ਜਦੋਂ ਤੀਲਾਂ ਵਾਲੀ ਡੱਬੀ ਲੈ ਕੇ ਲੱਗਾ ਅੱਗ ਚਿਖਾ ਨੂੰ ਲਾਉਣ, ਫਿਰ ਇੱਕ ਨੌਜਵਾਨ ਬੁੱਢੇ ਸੰਨਿਆਸੀ ਦੇ ਭੇਸ ਵਿੱਚ ਉੱਠਿਆ। ਇਹਨੇ ਆਖਿਆ, ਲਿਆ ਬਾਪੂ ਮੈਂ ਆਪਣੀ ਧਰਮ ਪਤਨੀ ਸ਼ਹੀਦ ਪਤਨੀ ਤੇਜ ਕੌਰ ਦੀ ਚਿਖਾ ਨੂੰ ਲਾਂਬੂ ਲਾਉਣਾ ਹਾਂ। ਹੈਰਾਨ ਰਹਿ ਗਏ ਇਸ ਸੰਤਾ ਸਿੰਘ ਦੇ ਕਾਰਨਾਮੇ 'ਤੇ, ਉੱਠਿਆ ਚਿਖਾ ਨੂੰ ਅੱਗ ਲਾ ਕੇ ਜਿੱਥੋਂ ਉੱਠਿਆ ਸੀ ਪਿੱਛੇ ਜਾ ਕੇ ਬੈਠ ਗਿਆ। ਇਹਨਾਂ ਚਿਰਾਂ ਨੂੰ ਧਾਮੀਆਂ ਨੂੰ ਘੇਰਾ ਪੈ ਗਿਆ। ਹਵਾ ਵਿੱਚ ਗੋਲੀ ਚਲਾ ਕੇ ਮਿਰਜ਼ਾ ਇਸਮਾਇਲ ਖਾਂ ਥਾਣੇਦਾਰ ਨੇ ਆਖਿਆ, ਇਹ ਸਾਰਾ ਪਿੰਡ ਬਾਗੀਆਂ ਦਾ ਹੈ,
ਅੱਗੇ ਬੱਬਰਾਂ ਦੇ ਘਰ ਸਾੜੇ ਨੇ, ਹੁਣ ਸਾਰਾ ਪਿੰਡ ਤਬਾਹ ਕਰ ਦਿਆਂਗਾ। ਆਖਿਆ ਦੱਸੋ ਨੰਬਰਦਾਰ ਕਿੱਥੇ ਆ ਬੱਬਰ ਕਾਲੀ ਸੰਤਾ ਸਿੰਘ, ਮੈਂ ਮਾਰਾਂ ਉਹਦੀ ਇੱਕ ਵਿੱਚ ਗੋਲੀ, ਮੈਨੂੰ ਫੀਤੀਆਂ ਲੱਗ ਜਾਣ ਅਤੇ ਤੈਨੂੰ ਲੈਲਪੁਰ ਦੀ ਬਾਹਰ ਦੇ ਮਰੱਬੇ ਮਿਲ ਜਾਣ। ਪਰ ਨਹੀਂ ਪਛਾਣ ਸਕਿਆ ਬੱਬਰ ਕਾਲੀ ਸੰਤਾ ਸਿੰਘ ਨੂੰ। ਇੱਕ ਸੰਤਾ ਸਿੰਘ ਦਾ ਹੋਰ ਸਾਥੀ ਉੱਠਿਆ, ਇਹਨੇ ਜਾਅਲੀ ਕਾਗਜ਼ ਪੱਤਰ ਪੁਲਿਸ ਵਾਲਿਆਂ ਦਾ ਵਿਖਾ ਕੇ ਥਾਣੇਦਾਰ ਨੂੰ ਆਖਿਆ, ਜਨਾਬ ਮੈਂ ਵੀ ਇੱਥੇ ਪਹੁੰਚਾਂ ਤੁਹਾਡਾ ਬੰਦਾ ਭੇਤ ਲੈਣ ਵਾਸਤੇ, CID ਲੈਣ ਵਾਸਤੇ। ਚਿਖਾ ਨੂੰ ਅੱਗ ਲਾ ਕੇ ਬੱਬਰ ਅਕਾਲੀ ਅਜੇ ਹੁਣੇ ਪਿੰਡੋ ਲੈਂਦੇ ਪਾਸੇ ਨੂੰ ਗਏ ਨੇ। ਸੁਣਿਆ ਥਾਣੇਦਾਰ ਨੇ ਇਸ਼ਾਰਾ ਕੀਤਾ, ਆਖਿਆ ਇੱਧਰ ਸੇ ਚੱਲੋ। ਨਹੀਂ ਪਤਾ ਲੱਗਾ ਪਿੰਡ ਵਾਲਿਆਂ ਨੂੰ, ਨਹੀਂ ਪਤਾ ਨੰਬਰਦਾਰ ਨੂੰ ਲੱਗਾ ਕੀ ਮੋਣੀ ਦਾ ਮੰਤਰ ਵਰਤਿਆ। ਦਗੜ ਦਗੜ ਕਰਦੇ ਘੋੜੇ ਪੁਲਿਸ ਵਾਲਿਆਂ ਨੇ ਪਿੰਡੋਂ ਲੈਂਦੇ ਪਾਸੇ ਨੂੰ ਦੌੜ ਗਏ ਨੇ। ਇੰਨੀ ਦੂਰ ਚਲੇ ਗਏ ਕਿ ਮਾਨੋ ਹੁਣ ਗੋਲੀ ਚੱਲੀ ਵੀ ਸੁਣੇਗੀ ਨਹੀਂ। ਨੰਬਰਦਾਰ ਦੀਆਂ ਅੱਖਾਂ ਦੇ ਸਾਹਮਣੇ ਤੇਜ਼ ਕੌਰ ਦਾ ਸਿਵਾ ਮੱਚਦਾ, ਅੱਗ ਹਵਾ ਨਾਲ ਹਿਲਦੀ ਹੋਈ ਨੰਬਰਦਾਰ ਨੂੰ ਇਉਂ ਜਾਪਿਆ ਜਿਵੇਂ ਮੈਨੂੰ ਆਵਾਜ਼ਾਂ ਮਾਰ ਰਹੀ ਹੋਵੇ। ਲੱਗਾ ਘਰ ਵੱਲ ਨੂੰ ਤੁਰਨ, ਬੱਬਰ ਅਕਾਲੀ ਸੰਤਾ ਸਿੰਘ ਸ਼ੇਰ ਵਾਂਗ ਉੱਠਿਆ, ਇਹਨੇ ਰਗਾਂ ਤੋਂ ਫੜ ਲਿਆ। ਆਖਿਆ ਨੰਬਰਦਾਰਾ ਆਹ ਜਿਹੜਾ ਬਾਲਣ ਹੈ ਇਕੱਲੀ ਤੇਜ਼ ਕੌਰ ਦਾ ਨਹੀਂ, ਤੇਰਾ ਵੀ ਨਾਲ ਪ੍ਰਬੰਧ ਕੀਤਾ ਹੋਇਆ। ਪਾ ਕੇ ਗਲ ਵਿੱਚ ਸਾਫਾ ਲਿਆ ਕੇ ਚਿਖਾ ਦੇ ਨੇੜੇ ਮਾਰ ਕੇ ਇੱਕ ਵਿੱਚ ਗੋਲੀ, ਇਹਨੂੰ ਵੀ ਤੇਜ਼ ਕੌਰ ਵਾਲੀ ਚਿਖਾ ਵਿੱਚ ਭੁੰਨ ਕੇ ਜਿਵੇਂ ਸੁੱਟ ਦਿੱਤਾ। ਉਸ ਵੇਲੇ ਦਾ ਵੇਰਵਾ ਜਰਨੈਲ ਸਿੰਘ ਸੁਭਰਾਵਾਂ ਵਾਲੇ ਦਾ ਜਥਾ ਇਉਂ ਬਿਆਨ ਕਰ ਰਿਹਾ, ਸਰਵਣ ਕਰੀਏ। ਜਦ ਮੜੀਆਂ ਵਿੱਚੋਂ ਸੀ ਲੱਗਾ ਖਿਸਕਣ ਲੰਬੜ ਤਾਰਾ, ਫਿਰ ਆਖਿਆ ਬੱਬਰਾਂ ਨੇ ਕਿੱਧਰ ਚੱਲਿਆ ਦੇਸ਼ ਗਿਦਾਰਾ। ਜਦ ਤਾਰੇ ਲੰਬੜ ਨੇ ਕੰਨੀ ਘਰ ਵੱਲੇ ਖਸਕਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਜਾ ਕੇ ਠਾਣੇ ਦੇ ਆਪੇ ਸਦ ਤੂੰ ਪੁਲਿਸ ਲਿਆਇਆ, ਕਰ ਕਾਟ ਸੜਾ ਮੇਰਾ ਹੱਦੋਂ ਵੱਧ ਕੇ ਕੈਰ ਕਮਾਇਆ। ਤੂੰ ਮੇਰੇ ਘਰ ਦੀ ਸੀ ਕੋਲੇ ਖੜਕੇ ਆਪ ਕਟਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਤੇਰੀਆਂ ਅੱਖਾਂ ਸਾਵੇਂ ਸੀ ਮੇਰੇ ਘਰ ਦੀ ਕੁੱਟ ਕੇ ਮਾਰੀ, ਉਸ ਕੁਝ ਵੀ ਦੱਸਿਆ ਨਾ ਚਲ ਗਈ ਸਿਰ ਤੇ ਦੁੱਖ ਵਿਚਾਰੀ। ਜਦ ਤੱਕ ਇਹ ਦੁਨੀਆਂ ਰੂ ਦਿੰਦਾ ਰੂ ਇਤਿਹਾਸ ਗਵਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਅਸੀਂ ਪਰਨ ਕਰ ਲਿਆ ਹੈ, ਅਸੀਂ ਪਰਨ ਕਰ ਲਿਆ ਹੈ ਤੇਰੇ ਵਰਗਿਆਂ ਨੂੰ ਨਹੀਂ ਛੱਡਣਾ, ਹੁਣ ਝੋਲੀ ਚੁੱਕਾਂ ਨੂੰ ਫੜ ਫੜ ਸਣ ਪਰਿਵਾਰਾਂ ਵੱਢਣਾ। ਜਿੰਨਾ ਦੇਸ਼ ਗਦਾਰਾਂ ਨੇ ਸਾਡੇ ਗਲੀ ਗੁਲਾਮੀ ਪਾਈ, ਉਹ ਸਾਡੇ ਗਲੀ ਗੁਲਾਮੀ ਪਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਗੱਲ ਤਾਰੇ ਲੰਬੜ ਦੇ ਬੱਬਰ ਵਾਂਗ ਸ਼ੇਰ ਦੀ ਪੈ ਗਿਆ, ਫੜ ਕੀਤੀ ਬਾਹਾਂ ਤੋਂ ਤੂੰ ਕੇ ਕੋਲ ਚਿਖਾ ਦੀ ਲੈ ਗਿਆ। ਉਹ ਡਰਦਾ ਬੱਬਰਾਂ ਤੋਂ ਜਾਂਦਾ ਹੱਥ ਕੰਨਾਂ ਨੂੰ ਲਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਆਖਿਆ ਬੱਬਰਾਂ ਨੇ ਆਜੋ ਚਿਖਾ ਪਾਪੀਆਂ ਮੱਚਦੀ, ਵਿੱਚ ਇਸ ਦੀਆਂ ਲਾਟਾਂ ਦੇ ਤੇਰੀ ਮੌਤ ਖਲੋਤੀ ਹੱਸਦੀ। ਫਿਰ ਸਾਫਾ ਗਲ ਪਾ ਕੇ ਜਾਂਦੇ ਬੱਬਰ ਵੱਟ ਚੜਾਈ, ਉਹ ਜਾਂਦੇ ਬੱਬਰ ਵੱਟ ਚੜਾਈ, ਹੁਣ ਦੱਸਦੇ ਲੰਬੜਾ ਵੇ ਕਿਵੇਂ ਤੇਜ਼ ਕੌਰ ਮਰਵਾਈ। ਹੜ ਲੱਤਾਂ ਬਾਵਾ ਤੂੰ ਚੁੱਕ ਕੇ ਵਿੱਚ ਚਿਖਾ ਦੀ ਮਾਰਿਆ, ਫਰਕ ਕੀਤੇ ਕਰਮਾਂ ਦਾ ਪਾ ਲੈ ਤੂੰ ਪਾਪੀ ਹਤਿਆਰਿਆ। ਬੱਬਰਾ ਜਰਨੈਲ ਸਿਆ, ਬੱਬਰਾ ਜਰਨੈਲ ਸਿਆ ਗੋਲੀ ਕੋਈ ਸਿਰਫ ਚਲਾਈ, ਹੁਣ ਦੱਸਦੇ ਲੰਬੜਾ ਓਏ ਕਿਵੇਂ ਤੇਜ਼ ਕੌਰ ਮਰਵਾਈ। ਨੰਬਰਦਾਰ ਤਾਰਾ ਸਿੰਘ ਨੇ ਇੱਕ ਵਿੱਚ ਗੋਲੀ ਮਾਰ ਕੇ ਇਹਨੂੰ ਤੇਜ਼ ਕੌਰ ਵਾਲੀ ਚਿਖਾ ਸੁੱਟ ਕੇ ਬੱਬਰ ਕਾਲੀ ਕਿੱਧਰ ਨੂੰ ਗਏ, ਫਿਰ ਕਦੇ ਇਹਨਾਂ ਨੂੰ ਮਿਲਾਂਗੇ। ਯਾਦ ਰੱਖੋ ਇਸੇ ਹੀ ਕੰਪਨੀ ਵੱਲੋਂ ਸਿੱਖ ਬੀਬੀਆਂ ਦੇ ਸਿਦਕ ਦਾ ਨਮੂਨਾ ਸਿੰਘਣੀਆਂ ਦੀ ਸ਼ਹਾਦਤ ਪੇਸ਼ ਕੀਤੀ ਜਾਏਗੀ। ਆਪ ਅਡੀਕ ਰੱਖੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।